ਪੰਜਾਬ ਦੇ ਉਹੀ ਜਾਏ ਕੰਮ ਕਰ ਸਕਦੇ ਨੇ ਜਿਹੜੇ ਦਿੱਲੀ ਦੇ ਦਲਾਲ ਨਾ ਹੋਣ। ਅਤੇ ਸਾਰੇ ਬੰਦਿਆਂ ਨੇ ਕਪੂਰ ਸਿੰਘ ਹੋਣਾ ਨੂੰ ਜਿਤਾ ਕੇ ਐਮ ਪੀ ਬਣਾ ਕੇ ਲੋਕ ਸਭਾ 'ਚ ਭੇਜਿਆ ਸੀਗਾ ਵੀ ਇੱਕ ਇਹ ਬਾਬਾ ਆ ਜਿਹੜਾ ਨਸ਼ਿਆਂ ਤੋਂ ਸਾਨੂੰ ਵਰਜਦਾ ਹੈ। ਇਹ ਕੌਣ ਨੇ ਜਿਹੜੇ ਨਸ਼ੇ ਨਾਲ ਮਰਨ ਵਾਲੇ ਨੂੰ ਮੁਆਵਜ਼ੇ ਦੇ ਕੇ ਅਤੇ ਪੰਜਾਬ ਨੂੰ ਨਸ਼ੇੜੀ ਬਣਾਉਂਦੇ ਨੇ? ਪਰ ਇੱਕ ਸਮਾਂ ਇਹ ਵੀ ਤਾਂ ਆਇਆ ਜਦੋਂ ਬੀਬੀ ਖਾਲੜਾ ਹਾਰੇ ਆ। ਅਤੇ ਖਾਲੜਾ ਜੀ ਨੇ ਇੱਕ ਗੱਲ ਲਿਖੀ ਸੀ ਮਰਨ ਤੋਂ ਪਹਿਲਾਂ, ਮੈਨੂੰ ਪੰਜਾਬ ਪੁਲਿਸ ਨੇ ਮਾਰਨਾ ਹੈ, ਮੇਰੇ ਦੋਸ਼ੀ ਕੇ ਪੀ ਐੱਸ ਗਿੱਲ ਅਤੇ ਬੇਅੰਤ ਸਿੰਘ ਹੋਣਗੇ ਮੂਰਖ ਮੰਤਰੀ। ਸ਼ਾਮ ਸਿੰਘ ਅਟਾਰੀ ਵੀ ਸ਼ਹੀਦ ਹੋਇਆ ਸੀ। ਗੋਰੇ ਨੇ ਸਲਾਮ ਕਰਕੇ ਕਿਹਾ ਸੀਗਾ, ਸਰਦਾਰ ਜੀ ਤੁਸੀਂ ਹਾਰੇ ਨਹੀਂ, ਤੁਹਾਨੂੰ ਹਰਾਇਆ ਗਿਆ ਹੈ, ਅਸੀਂ ਜਿੱਤੇ ਨਹੀਂ, ਸਾਨੂੰ ਜਿਤਾਇਆ ਗਿਆ ਹੈ। ਉੱਥੇ ਚੌਂਕ ਦੇ ਵਿੱਚ ਇੱਕ ਮੋਰਚਾ ਹੋਰ ਲੱਗਿਆ ਹੋਇਆ ਜੀ, ਭਾਈ ਜਿਹੜੇ ਡਿਬਰੂਗੜ੍ਹ ਸਿੰਘ ਹੈਗੇ ਜੀ ਉਹਨਾਂ ਦੀ ਉਹਦੇ ਵਿੱਚ, ਅਤੇ ਉੱਥੇ ਵੀ ਜਿਹੜੇ ਹੈਗੇ ਤੁਸੀਂ ਉੱਥੇ ਹਾਜ਼ਰੀ ਭਰੀ ਹੈ ਜੀ। ਲੋਕ ਇਹ ਵੀ ਕਹਿੰਦੇ ਆ ਵੀ ਪੰਥ ਇਕੱਠਾ ਕਿਵੇਂ ਹੋਵੇ ਜਦੋਂ ਅਸੀਂ ਆਪਸ 'ਚ ਇੱਕ ਦੂਜੇ ਦੇ ਨਾਲ ਹੀ ਨਹੀਂ ਖੜਨਾ? ਕੋਈ ਬੰਦੀ ਸਿੰਘਾਂ ਦਾ ਅਲੱਗ ਮੋਰਚਾ ਚੱਲ ਰਿਹਾ, ਤੁਸੀਂ ਅਲੱਗ ਮੋਰਚਾ ਲਾਇਆ ਹੋਇਆ ਜੀ, ਉੱਥੇ ਅਲੱਗ ਮੋਰਚਾ ਚੱਲ ਰਿਹਾ, ਜਦੋਂ ਇੱਕ ਇਕੱਠੇ ਹੋ ਕੇ ਨਹੀਂ ਖੜਨਾ ਤਾਂ ਪੰਥ ਇਕੱਤਰ ਹੋਊਗਾ ਕਿੱਦਾਂ? ਨਿਸ਼ਾਨ ਸਾਹਿਬ ਦੇ ਥੱਲੇ ਤਾਂ ਹੋਵੇ, ਅਗਵਾਈ ਕੌਣ ਕਰੇ? ਜਿਹੜੇ ਲੋਕ ਵੱਖ ਵੱਖ ਡਫਲੀਆਂ ਵਜਾਉਂਦੇ ਨੇ ਉਹਨਾਂ ਨੂੰ ਪੰਥਕ ਕਹਿਣਾ ਸਾਡੀ ਮੂਰਖਤਾ ਹੀ ਹੈ, ਹੋਰ ਕੁਝ ਨਹੀਂ। ਰਹੀ ਗੱਲ ਵੱਖ ਵੱਖ ਧਰਨਿਆਂ ਦੀ, ਇਹ ਇਹਨਾਂ ਨੂੰ ਪੁੱਛੋ ਨਾ ਜਿਨ੍ਹਾਂ ਨੇ ਲਾਏ ਆ, ਔਰ ਅਸੀਂ ਤਾਂ ਡੀਕਦੇ ਰਹੇ, ਸਾਡੇ ਕੋਲ ਤਾਂ ਕੋਈ ਨਹੀਂ ਆਇਆ 4 ਸਾਲ ਤੋਂ। ਮੈਂ ਬੇਅੰਤ ਸਿੰਘ ਤੋਂ ਲੈ ਕੇ ਕੈਪਟਨ ਅਮਰਿੰਦਰ 2007 ਤੱਕ ਮੁੱਖ ਮੰਤਰੀਆਂ ਨਾਲ ਡਿਊਟੀ ਨਿਭਾਈ ਹੈ ਅਤੇ ਇਹਨਾਂ ਦੇ ਪੋਤੜਿਆਂ ਤੱਕ ਦਾ ਵਾਕਫ ਹੈ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖੜ੍ਹੇ ਹਾਂ, ਜਿੱਥੋਂ ਕਿ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ। ਅਤੇ ਹਰ ਕੋਈ ਜਦੋਂ ਕਿਸੇ ਮਕਸਦ ਦੇ ਲਈ ਤੁਰਦਾ ਤਾਂ ਅਨੰਦਪੁਰ ਸਾਹਿਬ ਤੋਂ ਥਾਪੜਾ ਲੈ ਕੇ ਤੁਰਦਾ। ਸੋ ਅੱਜ ਇੱਕ ਅਰਦਾਸ ਸਮਾਗਮ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਸਿੱਖ ਸਦਭਾਵਨਾ ਦਲ ਭਾਈ ਬਲਦੇਵ ਸਿੰਘ ਜੀ ਬਟਾਲਾ ਹੋਰਾਂ ਦੇ ਵੱਲੋਂ। ਸੋ ਗੱਲਬਾਤ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਗੁਰੂ ਘਰ ਦੇ ਵਿੱਚ ਰੋਜ਼ ਅਰਦਾਸ ਹੁੰਦੀ ਹੈ ਜੀ, ਸਰਬੱਤ ਦੇ ਭਲੇ ਦੀ ਹੀ ਅਰਦਾਸ ਹੁੰਦੀ ਹੈ। ਅੱਜ ਜਿਹੜੀ ਅਰਦਾਸ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਕੇ ਕੀਤੀ, ਉਹਦੇ ਮਾਇਨੇ ਕੀ ਹੈ? ਅਰਦਾਸ ਸਿੱਖ ਰੋਜ਼ ਸਰਬੱਤ ਦੇ ਭਲੇ ਦੀ ਕਰਦਾ ਹੈ। ਕੁਝ ਅਰਦਾਸਾਂ ਸਾਡੀਆਂ ਅਜਿਹੀਆਂ ਵਿਸ਼ੇਸ਼ ਬਣ ਜਾਂਦੀਆਂ ਨੇ ਜੋ ਸਮੇਂ-ਸਮੇਂ ਜਬਰ ਜ਼ੁਲਮ ਦੇ ਖਿਲਾਫ ਵੀ ਹੋਈਆਂ, ਜਦੋਂ ਕਿਤੇ ਲੋੜ ਪਈ ਤਾਂ ਉਹ ਵੀ ਅਰਦਾਸ ਹੀ ਸੀ ਜਿਹੜੀ ਤੈਂਕੀ ਦਰਦ ਨਾ ਆਇਆ ਅਤੇ ਬਾਬਰ ਨੂੰ ਜਾਬਰ ਕਹਿਣ ਵਾਲੀ, ਉਹ ਵੀ ਅਰਦਾਸ ਹੀ ਸੀ ਜਿਹੜਾ ਕਰਤਾਰਪੁਰ ਦਾ ਨਮੂਨਾ ਪੇਸ਼ ਕੀਤਾ ਗਿਆ, ਉਹ ਵੀ ਅਰਦਾਸ ਹੀ ਸੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਖੜ੍ਹਾ ਕੀਤਾ, ਉਹ ਵੀ ਅਰਦਾਸ ਹੀ ਸੀ ਜਿਹੜੀ ਕਦੇ ਬਾਬਾ ਮੱਖਣ ਸ਼ਾਹ ਲਵਾਣਾ ਨੇ ਕਰਕੇ 22 ਮੰਜੀਆਂ ਖੜੀਆਂ ਕੀਤੀਆਂ ਅਤੇ ਡੁੱਬਦਾ ਬੇੜਾ ਦੀਨ ਅਤੇ ਦੁਨੀਆ ਦਾ ਪਾਰ ਕਰ ਲਿਆ, ਉਹ ਵੀ ਅਰਦਾਸ ਸੀ ਜਿਹੜੀ ਕਲਗੀਧਰ ਪਿਤਾ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਕੀਤੀ, ਮਾਤਾ ਗੁਜਰ ਕੌਰ ਜੀ ਹੋਣਾ ਨੇ ਕਰਵਾਈ। ਔਰ ਉਹ ਅਰਦਾਸਾਂ ਦੇ ਤਹਿਤ ਅੱਜ ਵੀ ਅਸੀਂ ਕਦੇ ਭਾਈ ਲਛਮਣ ਸਿੰਘ ਅਰਦਾਸ ਕਰਦੇ ਸਨ, ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਰਦਾਸ ਕੀਤੀ, ਕਦੇ 12 ਮਿਸਲਾਂ ਨੇ ਅਰਦਾਸ ਕੀਤੀ, ਕਦੇ ਸ਼ੇਰੇ ਪੰਜਾਬ ਅਰਦਾਸ ਕਰਕੇ ਤੁਰਦਾ ਹੈ। ਅਤੇ ਅੱਜ ਅਸੀਂ ਉਹਨਾਂ ਵਡਪੁਰਖਿਆਂ ਦੇ ਨਕਸ਼ੇ ਕਦਮ ਚੱਲ ਕੇ ਅੱਜ ਦੀ ਜਿਹੜੀ ਅਰਦਾਸ ਸੀ ਪੰਜਾਬ ਅਤੇ ਪੰਥ ਦੀ ਬੇਚੈਨੀ ਨੂੰ ਲੈ ਕੇ ਕੀਤੀ ਗਈ ਹੈ,
ਉਹ ਬੇਚੈਨੀ ਜਿਹੜੀ ਸਾਡੀ ਸਮਾਜਿਕ ਹੈ, ਜਿਹਨੇ ਭਰਾ ਮਾਰੂ ਜੰਗ ਸ਼ੁਰੂ ਕਰਵਾ ਦਿੱਤੀ, ਉਹ ਬੇਚੈਨੀ ਜਿਹੜੀ ਰਾਜਨੀਤਿਕ ਹੈ ਕਿ ਸਾਨੂੰ ਹਰ ਪੱਖ ਤੋਂ ਮਾਰਿਆ ਖਤਮ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਅਤੇ ਪੰਥ ਨੂੰ ਸਿਵਿਆਂ ਤੱਕ ਲੈ ਗਏ ਨੇ ਇੱਥੇ ਦੇ ਉਹ ਦਲਾਲੀ ਕਰਨ ਵਾਲੇ ਭ੍ਰਿਸ਼ਟ ਲੀਡਰ ਅਤੇ ਇਹ ਸਿਆਸੀ ਪਾਰਟੀਆਂ। ਤੁਸੀਂ ਇੱਕ ਬਦਲਾਅ ਦੇ ਬਦਲ ਦੀ ਗੱਲ ਕੀਤੀ ਅਰਦਾਸ ਦੇ ਵਿੱਚ ਕਿ ਸੱਚੇ ਪਾਤਸ਼ਾਹ ਬਦਲਾਅ ਦਾ ਬਦਲ ਦਿਓ, ਉਹਦੇ ਮਾਇਨੇ ਕੀ ਹੈ? ਬਦਲਾਅ ਦੇ ਮਾਇਨੇ ਉਹੀ ਨੇ ਜਿਹੜੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਬਖਸ਼ੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਹੀਂ। ਜਦੋਂ ਸਮੇਂ ਦੀਆਂ ਸਰਕਾਰਾਂ ਪ੍ਰਸ਼ਾਸਨ ਅਦਾਲਤਾਂ ਬੇਇਨਸਾਫੀ 'ਤੇ ਉਤਰ ਆਉਣ, ਘੱਟ ਗਿਣਤੀਆਂ ਨਾ ਵੱਧ ਗਿਣਤੀਆਂ ਧੱਕਾ ਕਰਨ ਲੱਗ ਜਾਣ, ਨੋਟ ਅਤੇ ਵੋਟ ਦੀ ਨੀਤੀ ਰਹਿ ਜਾਏ, ਲੋਕ ਨੀਤੀ ਦਾ ਘਾਣ ਕਰਕੇ ਨੇਤਾ ਨੀਤੀ ਸਿਰ ਚੁੱਕ ਲੈਂਦੀ ਹੈ, ਅਤੇ ਉਦੋਂ ਫਿਰ ਬਦਲਾਅ ਦਾ ਬਦਲ ਬਾਬਾ ਬੰਦਾ ਸਿੰਘ ਬਹਾਦਰ ਉਹ ਪੈਦਾ ਕੀਤੇ ਜਾਂਦੇ ਰਹੇ ਗੁਰੂ ਸਾਹਿਬ ਵੱਲੋਂ। ਅੱਜ ਉਹੀ ਥਾਪੜਾ ਲੈ ਕੇ ਆਏ ਹਾਂ ਸਤਿਗੁਰੂ। ਅੱਜ ਪੰਜਾਬ ਦੇ ਹਾਲਾਤ ਮੁੜ ਉਹੀ ਨੇ ਜਿੰਨਾ ਬਹਾਦਰ ਸ਼ਾਹ ਬਣ ਕੇ ਪੰਥ ਅਤੇ ਪੰਜਾਬ ਦੇ ਲੋਕਾਂ ਤੋਂ ਰਾਜ ਮੰਗੇ, ਰਾਜ ਦਿੱਤੇ ਗਏ, ਪਰ ਰਾਜ 'ਤੇ ਬਹਿਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਬਦਲ ਗਈਆਂ। ਉਹ ਕਹਿੰਦੇ ਨੇ ਜੀ ਹੁਣ ਗੱਲ ਹੋਰ ਹੈ, ਉਦੋਂ ਹੋਰ ਸੀ। ਅਤੇ ਬਹਾਦਰ ਸ਼ਾਹ ਦਾ ਉਸ ਬਦਲਾਅ ਦਾ ਬਦਲ ਬਾਬਾ ਬੰਦਾ ਸਿੰਘ ਬਹਾਦਰ ਦਿੱਤੇ ਜਾਂਦੇ ਨੇ ਗੁਰੂ ਸਾਹਿਬ ਵੱਲੋਂ। ਅਤੇ ਅੱਜ ਅਸੀਂ ਅਰਦਾਸ ਕਰਕੇ ਆਏ ਸਤਿਗੁਰੂ, ਅੱਜ ਜਿਹੜਾ ਬਦਲਾਅ ਪੰਜਾਬ ਦੇ ਗਲ ਪਿਆ ਹੈ ਉਹਦਾ ਬਦਲ ਬਣਨ ਦੀ ਸਾਨੂੰ ਤਾਕਤ ਬਖਸ਼। ਅਸੀਂ ਵੀ ਤੇਰੇ ਬੰਦੇ ਹੋ ਸਕੀਏ ਅਤੇ ਤੂੰ ਸਾਡੇ ਸਿਰ 'ਤੇ ਹੱਥ ਰੱਖ, ਉਸੇ ਨਕਸ਼ੇ ਕਦਮ ਚੱਲਦੇ ਹਾਂ। ਅੱਜ ਅਸੀਂ ਨਮੂਨਾ ਉਹੀ ਕਰਤਾਰਪੁਰ ਸਾਹਿਬ ਦਾ ਇਹ ਬੇਗਮਪੁਰੇ ਦੀ ਗੱਲ ਨੂੰ ਦੁਹਰਾਉਣ ਲਈ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ, ਬੇਰੁਜ਼ਗਾਰੀ ਖਤਮ ਕਰਨ ਲਈ, ਹੱਕ ਹਕੂਕ ਬਹਾਲ ਕਰਨ ਲਈ, ਧੱਕੇਸ਼ਾਹੀਆਂ ਰੋਕਣ ਲਈ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਅੱਜ ਅਸੀਂ ਸਤਿਗੁਰਾਂ ਤੋਂ ਥਾਪੜਾ ਲੈ ਕੇ ਅਤੇ ਭਾਈ ਅਵਤਾਰ ਸਿੰਘ ਨਗਲਾ ਨੂੰ ਅਰਦਾਸ ਕਰਕੇ ਇਹ ਭਲੇ ਲਈ ਹੀ ਅਰਦਾਸ ਕਰਕੇ ਆਏ ਹਾਂ ਅਤੇ ਭਲੇ ਲਈ ਹੀ ਐਲਾਨ ਕੀਤਾ। ਅਤੇ ਤੁਸੀਂ ਇੱਕ ਨਾਰਾ ਵੀ ਦਿੱਤਾ ਜੀ ਕਿ ਅਨੰਦਪੁਰ ਸਾਹਿਬ ਤੋਂ ਆਈ ਆਵਾਜ਼, ਆਓ ਵਸਾਈਏ ਨਵਾਂ ਪੰਜਾਬ। ਇਹ ਨਾਰੇ ਤਾਂ ਅਜਿਹੇ ਨਾਰੇ ਹੋਰ ਵੀ ਬਹੁਤ ਦਿੱਤੇ ਜਾ ਰਹੇ, ਪੰਜਾਬ ਬਚਾਉਣ ਦਾ ਨਾਰਾ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਰਹੀਆਂ, ਪੰਜਾਬ ਦੇ ਰਾਖੇ ਹੋਣ ਦਾ ਤਾਂ ਹਰ ਕੋਈ ਕਹਿ ਰਿਹਾ ਕਿ ਅਸੀਂ ਰਾਖੇ ਹਾਂ ਅਤੇ ਅਸੀਂ ਰਾਖੇ ਹਾਂ। ਫਿਰ ਤੁਸੀਂ ਅਜਿਹਾ ਕਿਹੜਾ ਕੰਮ ਕਰੋਗੇ ਵੀ ਜਿਹੜਾ ਸਭ ਤੋਂ ਵਧੀਆ ਕੰਮ ਤੁਸੀਂ ਕਰ ਸਕਦੇ ਹੋ ਉਹ ਰਾਖਿਆਂ ਤੋਂ ਵੀ ਵਧੀਆ ਬਣ ਜਾਓਗੇ? ਪੰਜਾਬ ਦੇ ਲਈ ਪੰਜਾਬ ਦੇ ਉਹੀ ਜਾਏ ਕੰਮ ਕਰ ਸਕਦੇ ਨੇ ਜਿਹੜੇ ਦਿੱਲੀ ਦੇ ਦਲਾਲ ਨਾ ਹੋਣ, ਅਤੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹ ਪੰਜਾਬ ਬਚਾਓ ਦੇ ਪੱਟੇ ਗੱਲ 'ਚ ਪਾ ਕੇ ਤੁਰੇ ਫਿਰਦੇ ਆ। ਪੰਜਾਬ ਬਚਾਓ ਦੀ ਗੱਲ 2023 4 ਨਵੰਬਰ ਨੂੰ 4 ਸਾਲ ਤੋਂ ਲੱਗੇ ਪੰਥਕ ਹੋਕੇ ਤੋਂ ਸ਼ੁਰੂ ਹੋਈ ਆ। ਉਹ ਚੋਰੀ ਕਰਕੇ ਅੱਜ ਸਿਆਸੀ ਧਿਰਾਂ ਉਹਦੇ ਕੱਢ ਰਹੀਆਂ ਨੇ ਆਪਣੇ ਜਲੂਸ ਜਲਸੇ, ਪਰ ਉਹਨਾਂ ਨੂੰ ਪੁੱਛਿਓ ਵੀ ਤੁਸੀਂ ਤਾਂ ਪੰਜਾਬ ਵਿੱਚ ਆਏ, ਤੁਸੀਂ ਤਾਂ ਪੰਜਾਬ ਨੂੰ ਸਿਵਿਆਂ ਤੱਕ ਖੜਿਆ। ਇਸ ਲਈ ਪੰਜਾਬ ਦੇ ਜਾਇਆਂ ਨੇ ਹਮੇਸ਼ਾ ਪੰਜਾਬ ਲਈ ਆਪਣਾ ਖੂਨ ਡੋਲਿਆ ਅਤੇ ਲੜੇ ਨੇ, ਅਤੇ ਸਾਡੇ ਅਤੇ ਉਹਨਾਂ 'ਚ ਫਰਕ ਹੈ। ਉਹਨਾਂ ਨੂੰ ਦਿੱਲੀ ਨੇ ਤਿਆਰ ਕਰਕੇ ਤੋਰਿਆ ਹੋਇਆ ਹੈ, ਸਾਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਅੰਮ੍ਰਿਤ ਦੀ ਦਾਤ ਦੇ ਕੇ ਤੋਰਿਆ ਹੋਇਆ ਹੈ। ਇਸ ਲਈ ਅਸੀਂ ਨਵਾਂ ਪੰਜਾਬ ਸਿਰਜਾਂਗੇ, ਉਹ ਮੁੜ ਬਹਾਲ ਕਰਾਂਗੇ ਜਿਹੜਾ ਕਰਤਾਰਪੁਰ ਦਾ ਨਮੂਨਾ ਸੀ। ਮੀਰੀ ਪੀਰੀ ਖਾਲਸਾ ਪੰਥ ਅਤੇ 1849 ਤੋਂ ਬਾਅਦ ਜਿਹਦਾ ਦਰਬਾਰੀ ਨਹੀਂ ਲੱਗਿਆ, ਸਰਕਾਰੀ ਖਾਲਸਾ ਅਤੇ ਦਰਬਾਰੇ ਖਾਲਸਾ, ਉਹ ਨਵਾਂ ਪੰਜਾਬ ਸੀਗਾ।
ਜਿਹੜਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੀਸੇ ਬਾਹਰਾ ਜੀਓ, ਅਤੇ ਜਿਹਨੇ ਸਰਬੱਤ ਦੇ ਭਲੇ ਲਈ ਵੱਡਾ ਯੋਗਦਾਨ ਪਾਇਆ ਵੀ ਭਾਵੇਂ ਕਿਸੇ ਤਰ੍ਹਾਂ ਦੀਆਂ ਵੀ ਸਮੱਸਿਆਵਾਂ ਹੋਣ, ਉਹਨਾਂ ਨੇ ਆਪਣਾ ਖੂਨ ਡੋਲ ਕੇ ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ ਅਤੇ ਮਜ਼ਲੂਮਾਂ ਲਈ ਪਹਿਰੇਦਾਰ ਬਣ ਕੇ ਪਹਿਰਾ ਦਿੱਤਾ ਹੈ। ਨਵਾਂ ਪੰਜਾਬ ਸਿਰਜਣ ਲਈ ਅਸੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਰਗਿਆਂ ਦੀ ਸੋਚ ਨੂੰ ਲੈ ਕੇ ਚੱਲੇ ਹਾਂ, ਜਿਹੜੀ ਸੋਚ ਨੇ ਸਾਨੂੰ ਇਹਨਾਂ ਭਰਾਵਾਂ ਦੇ ਨਾਲ ਮਿਲਾਇਆ ਹੈ। ਇਸ ਲਈ ਨਵਾਂ ਪੰਜਾਬ ਪੰਜਾਬ ਦੇ ਜਾਏ ਨੌਜਵਾਨ ਸਿਰਜਣਗੇ, ਕਦੋਂ? ਜਦੋਂ ਖੁਦ ਆਗੂ ਬਣਨਗੇ, ਨਾ ਕਿ ਦਿੱਲੀ ਤੋਂ ਆਈਆਂ ਹੋਈਆਂ ਸਿਆਸੀ ਪਾਰਟੀਆਂ ਦੇ ਲਿਫਾਫਿਆਂ 'ਚੋਂ ਦਲ ਬਦਲੂ ਲੀਡਰ ਕਦੇ ਪੰਜਾਬ ਬਚਾਉਣ ਦੀ ਗੱਲ ਕਰਨਗੇ, ਉਹਨਾਂ ਦੇ ਵੱਸ ਦੀ ਗੱਲ ਨਹੀਂ ਆ। ਪਰ ਸਾਰਿਆਂ ਨੇ ਹੀ ਆਉਣਾ ਅਨੰਦਪੁਰ ਸਾਹਿਬ ਥਾਪੜਾ ਲੈਣ, ਸਭ ਨੇ ਅਰਦਾਸਾਂ ਕਰਨੀਆਂ, ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪਹੁੰਚਣਾ, ਫਿਰ ਮਹਾਰਾਜ ਤੁਹਾਡੇ ਸਿਰ 'ਤੇ ਹੱਥ ਰੱਖਣਗੇ ਜਾਂ ਉਹਨਾਂ ਦੇ ਸਿਰ 'ਤੇ ਹੱਥ ਰੱਖਣਗੇ? ਇਹ ਗੱਲ ਕੌਣ ਤੈਅ ਕਰੂਗਾ ਵੀ ਕੌਣ ਸੱਚਾ ਕੌਣ ਝੂਠਾ? ਕਿਰਪਾ ਕਿਹਦੇ ਉੱਤੇ ਹੋਊਗੀ? ਇਸ ਗੱਲ ਦਾ ਕੀ ਸੰਕੇਤ ਆ ਜੀ? ਫਿਰ ਇਹ ਗੱਲ ਦਾ ਸੰਕੇਤ ਤੁਹਾਡੇ ਸਾਹਮਣੇ ਆ। ਅਸੀਂ ਭਾਵੇਂ ਲੋਕ ਸਭਾ 'ਚ ਗਏ ਜਾਂ ਨਹੀਂ, ਵਿਧਾਨ ਸਭਾ 'ਚ ਗਏ ਜਾਂ ਨਹੀਂ, ਅਸੀਂ ਮੁੱਖ ਮੰਤਰੀ ਬਣੇ ਜਾਂ ਨਹੀਂ, ਮੈਨੇ ਨਹੀਂ ਰੱਖਦਾ। ਇੱਕ ਬਣ ਕੇ ਮੱਥਾ ਟੇਕ ਕੇ ਉਹਦੇ ਬਾਅਦ ਬੇਈਮਾਨੀ ਕਰਦਾ ਹੈ, ਉਹਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹਨੂੰ ਥੱਪੜਾ ਦਿੱਤਾ ਹੈ? ਉਹ ਤਾਂ ਬੇਈਮਾਨੀ ਨਾਲ ਸ਼ਾਮ ਦਾਮ ਦੰਡ ਭੇਦ ਵਰਤ ਕੇ ਉੱਥੇ ਤੱਕ ਪਹੁੰਚ ਗਿਆ, ਉਹਨੂੰ ਉਹ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਉਹਨੇ ਥੱਪੜਾ ਲੈ ਕੇ ਉੱਥੇ ਕਰ ਲਿਆ ਆ? ਥਾਪੜਾ ਤਾਂ ਉਹਨਾਂ ਦੇ ਸਿਰਾਂ 'ਤੇ ਹੈ ਜਿਹੜੇ ਪੰਜਾਬ ਦੀ ਗੱਲ ਯਾਰੜੇ ਦਾ ਸਾਨੂੰ ਸੱਥਰ ਚੰਗਾ, ਉਹ ਭੁੰਜੇ ਬਹਿ ਕੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੈ, ਕੁੱਲੀਆਂ 'ਚ ਰਹਿ ਕੇ ਵੀ ਉਹ ਕਿਲੇ ਸਮਝ ਕੇ ਲੜ ਲੈਂਦੇ ਨੇ, ਅਤੇ ਅਨੰਦਪੁਰ ਦੇ ਕਿਲਿਆਂ ਨੂੰ ਕੁੱਲੀਆਂ ਸਮਝ ਕੇ ਛੱਡ ਜਾਂਦੇ ਨੇ, ਥਾਪੜਾ ਗੁਰੂ ਨੂੰ ਉਹਨਾਂ ਦਾ ਹੁੰਦਾ। ਬਹੁਤ ਸਾਰੀਆਂ ਹੋਰ ਪੰਥਕ ਧਿਰਾਂ ਵੀ ਆ, ਜਿਹੜੀ ਨਿਰੋਲ ਪੰਥਕ ਧਿਰਾਂ ਕਹਾਉਂਦੀਆਂ, ਉਹ ਵੀ ਇਸ ਚੋਣ ਦੰਗਲ ਦੇ ਵਿੱਚ ਪਹਿਲਾਂ ਤੋਂ ਲੜਦੀਆਂ ਆ ਰਹੀਆਂ, ਉਹਨਾਂ ਦੇ ਨਾਲ ਕੋਈ ਫਿਰ ਤੁਸੀਂ ਗੱਠਜੋੜ ਦਾ ਜਾਂ ਮਿਲਵਰਤਨ ਦਾ ਕੋਈ ਹਿਸਾਬ ਨਹੀਂ ਰੱਖਿਆ ਵੀ ਇੱਕ ਝੰਡੇ ਦੇ ਥੱਲੇ ਪੰਥ ਇਕੱਠਾ ਹੋਵੇ? ਚਲੋ ਰਾਜਨੀਤਿਕ ਧਿਰਾਂ ਤਾਂ ਅਲੱਗ ਹੈ, ਪੰਥਕ ਏਕਤਾ ਜਿਹੜੀ ਨਿਸ਼ਾਨ ਸਾਹਿਬ ਦੇ ਥੱਲੇ ਹੋਵੇ? ਪੰਥਕ ਏਕਤਾ ਦਾ ਜਿਹੜਾ ਸਵਾਲ ਹੈ ਉਹ ਇੱਕ ਵੱਖਰਾ ਪੱਖ ਹੈ ਨਾ, ਉੱਥੇ ਆਮ ਤੌਰ 'ਤੇ SGPC ਨੂੰ ਲੈ ਕੇ ਵੇਖਿਆ ਜਾਂਦਾ, ਇੱਥੇ ਪੰਜਾਬ ਅਤੇ ਪੰਥ ਦਾ ਸਵਾਲ ਆ ਗਿਆ ਜਿਹੜੀ ਅੱਜ ਅਸੀਂ ਗੱਲ ਕਰ ਰਹੇ। ਔਰ ਇੱਥੇ ਅੱਜ ਤੁਹਾਡੇ ਸਾਹਮਣੇ ਪੰਥਕ ਧਿਰਾਂ ਵੀ ਖੜ੍ਹੀਆਂ ਨੇ ਅਤੇ ਸਮਾਜਿਕ ਵੀ ਖੜ੍ਹੀਆਂ, ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹ ਆਏ ਜਿਹੜੇ ਪੰਜਾਬ ਹਿਤੈਸ਼ੀ ਨੇ, ਨਾ ਕਿ ਕੁਰਸੀ ਜਾਂ ਪੈਸਾ ਜਾਂ ਸਿਆਸੀ ਉਹ ਪਾਰਟੀਆਂ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਲੋਕ ਹੋਣ। ਅਤੇ ਅੱਜ ਇੱਥੇ ਕਿੰਨੇ ਲੋਕ ਅਤੇ ਕਿੰਨੀਆਂ ਪਾਰਟੀਆਂ ਦੇ ਆਗੂ ਇੱਥੇ ਅਰਦਾਸ ਵਿੱਚ ਸ਼ਾਮਿਲ ਹੋਏ, ਆਉਣ ਵਾਲੇ ਸਮੇਂ 'ਚ ਤਾਂ ਪੰਜਾਬ ਨੇ ਦੱਸਣਾ ਹੈ ਵੀ ਜੇ ਤੁਹਾਡੇ ਸਾਹਮਣੇ ਉਹ ਨਿਹੰਗ ਸਿੰਘਾਂ ਦੇ ਬਾਟੇ ਵਾਂਗੂ ਮੰਨ ਸਕਦੇ ਆ ਨਾ ਪੁਰਾਣਿਆਂ ਨੂੰ, ਵੀ ਜਿਹੜੇ ਕਹਿੰਦੇ ਸੀ 100 ਸਾਲ ਤੋਂ ਸਾਨੂੰ ਤਾਂ ਕੋਈ ਹਿਲਾ ਨਹੀਂ ਸਕਦਾ, ਉਹ ਵੀ ਕੁਦਰਤ ਨੇ ਹਿਲਾ ਦਿੱਤੇ ਆ, ਹਿੱਲ ਇੱਥੇ ਵੀ ਜਾਣੇ ਆ। ਕੋਈ ਧੋਖਾ ਕਰਕੇ ਕਿੰਨਾ ਕੁ ਚਿਹਰ ਉੱਥੇ ਗੁੰਮਰਾਹ ਕਰ ਸਕਦਾ ਆ? ਇਹ ਜ਼ਿਆਦਾ ਸਮਾਂ ਨਹੀਂ ਲੱਗਦਾ। ਇਸ ਲਈ ਕਹਿਣ ਨੂੰ ਭਾਵੇਂ ਕੋਈ ਵੀ ਆਖੀ ਜਾਵੇ ਜੀ ਅਸੀਂ ਸੰਤ ਅਸੀਂ ਸਿਪਾਹੀ, ਫੈਸਲਾ ਤਾਂ ਪੰਜਾਬ ਦੇ ਲੋਕ ਕਰਨਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ। ਅਸੀਂ ਘਰ ਘਰ ਜਾ ਕੇ ਫਰਿਆਦ ਵੀ ਕਰਾਂਗੇ, ਆਵਾਜ਼ ਵੀ ਦਿੰਦੇ ਹਾਂ, ਅਤੇ ਕੁਝ ਉਹ ਤੁਹਾਡੇ ਵਰਗੇ ਜਿਹੜੇ ਚੰਦ ਪੱਤਰਕਾਰ ਨੇ ਜਿਹੜੇ ਸੱਚੀ ਗੱਲ ਕਰਨ 'ਤੇ ਅੱਜ ਵੀ ਖੜ੍ਹੇ ਹੁੰਦੇ ਆ, ਉਹ ਵੀ ਨੇ ਜਿਹੜੇ ਅੱਜ ਫੋਨ ਸੁਣ ਕੇ ਭੱਜ ਗਏ ਹੋਣਗੇ, ਉਹ ਵੀ ਨੇ ਜਿਹੜੇ ਤੁਹਾਡੇ ਵਰਗੇ ਇੱਥੇ ਸਵੇਰ ਤੋਂ ਬੈਠੇ ਆ। ਤੁਹਾਨੂੰ ਤਾਂ ਕਿਉਂ ਮੈਂ ਪੈਸਾ ਨਹੀਂ ਦਿੱਤਾ, ਨਾ ਮੈਂ ਤੁਹਾਡੇ 'ਤੇ ਕੋਈ ਅਹਿਸਾਨ ਕੀਤਾ ਨਾ ਤੁਸੀਂ ਕੀਤਾ, ਪਰ ਸਵੇਰ ਦੇ ਤੁਸੀਂ ਸਾਡੀ ਉਡੀਕ ਕਰ ਰਹੇ ਹੋ ਕਾਹਦੇ ਵਾਸਤੇ? ਕਿ ਜੇ ਕੋਈ ਨਵਾਂ ਚਿਹਰਾ ਲੈ ਕੇ ਆਇਆ ਤਾਂ ਸਾਡਾ ਫਰਜ਼ ਬਣਦਾ ਹੈ।
ਅਸੀਂ ਉਹਦੇ ਤਗੜੇ ਹੋ ਕੇ ਸਾਥ ਦੇਈਏ। ਇਹ ਹੁਣ ਪਰ ਲੋਕ ਵੀ ਤਾਂ ਜੀ ਹੁਣ ਜਿਹੜੇ ਹੈਗੇ ਆ ਰਾਸ਼ਨ ਲੈਣ ਦੇ ਲਈ ਲਾਈਨਾਂ ਲੱਗਦੀਆਂ ਹੈ ਜਾਂ ਮੁਫਤ ਦੀ ਬਿਜਲੀ ਲੈਣਾ ਚਾਹੁੰਦੇ ਆ, ਫਿਰ ਉਹ ਲੋਕ ਤੁਹਾਨੂੰ ਲੱਗਦਾ ਵੀ ਇਸ ਜਿਹੜਾ ਤੁਹਾਡਾ ਅੰਦਾਜ਼ ਹੈ ਜਾਂ ਜਿਹੜੀ ਤੁਹਾਡੀ ਸੋਚ ਹੈ ਉਹਨੂੰ ਕਬੂਲਣਗੇ, ਉਹਦੇ ਪਿੱਛੇ ਲੱਗਣਗੇ? ਲੋਕ ਤਾਂ ਉਹੀ ਚਾਹੁੰਦੇ ਵੀ ਜੋ ਸਾਨੂੰ ਮੁਫਤ ਦਊਗਾ ਉਹਨੂੰ ਅਸੀਂ ਵੋਟ ਪਾ ਦਾਂਗੇ। ਆਮ ਤੌਰ 'ਤੇ ਪਾਰਟੀਆਂ ਕੀ ਕਰਦੀਆਂ ਕਿ ਨਸ਼ੇ ਵੰਡ ਕੇ ਵੋਟਾਂ ਮੰਗਦੀਆਂ, ਅਤੇ ਥੋੜ੍ਹੇ ਦਿਨ ਪਹਿਲਾਂ ਇੱਕ ਸ਼ਰਾਬੀ ਬੰਦਾ ਨਸ਼ਾ ਕਰਨ ਵਾਲਾ ਉਹ ਸਾਨੂੰ ਫੋਨ ਕਰਕੇ ਕਹਿੰਦਾ ਵੀ ਤੁਸੀਂ ਮੈਨੂੰ ਨਸ਼ਾ ਦੇ ਕੇ ਅਤੇ ਵੋਟ ਨਹੀਂ ਮੰਗਣੀ, ਤੁਸੀਂ ਤਾਂ ਮੈਨੂੰ ਕਹਿ ਰਹੇ ਹੋ ਵੀ ਵੋਟ ਪਾ, ਅਸੀਂ ਨਾ ਨਸ਼ਾ ਦੇਣਾ ਨਾ ਪੈਸੇ ਵੰਡਣੇ। ਅਤੇ ਅਸੀਂ ਸ਼ਰਾਬੀਆਂ ਨੇ ਸਲਾਹ ਕੀਤੀ ਆ ਵੀ ਜੇ ਤੁਹਾਨੂੰ ਵੋਟ ਪਾਉਣੇ ਤਾਂ ਨਸ਼ਾ ਨਹੀਂ ਮਿਲਣਾ, ਪਰ ਜੇ ਤੁਹਾਨੂੰ ਵੋਟ ਪਾਉਂਦੇ ਆ ਤਾਂ ਨਸ਼ਾ ਬੰਦ ਹੋ ਜੂ, ਸਾਡੇ ਬੱਚਿਆਂ ਨੂੰ ਭਵਿੱਖ ਮਿਲ ਜਾਊ। ਉਹਨੇ ਆਪਣੇ ਬੱਚੇ ਦੀ ਵੀ ਗੱਲ ਕੀਤੀ ਵੀ ਮੇਰਾ ਨਿਆਣਾ 12ਵੀਂ ਕਰ ਗਿਆ, ਇਹਨੂੰ ਕਿਸੇ ਚੰਗੇ ਪਾਸੇ ਲਾ ਦਿਓ ਅਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ। ਇਹ ਪੰਜਾਬ ਦੇ ਲੋਕਾਂ ਦੀ ਥਿਊਰੀ ਅੱਜ ਵੀ ਹੈਗੀ ਆ। ਇਹ ਮਤਾਂ ਸੋਚਣ ਕਿ ਪੰਜਾਬ ਦੇ ਲੋਕ ਪਾਗਲ ਨੇ, ਇਹਨਾਂ ਦੀਆਂ ਨੋਟਾਂ ਅਤੇ ਵੋਟਾਂ ਅਤੇ ਸ਼ਰਾਬ ਦੀਆਂ ਪੇਟੀਆਂ ਪਿੱਛੇ ਆਪਣਾ ਭਵਿੱਖ ਦਾ ਤੇ ਲਾ ਦੇਣਗੇ। ਉਹ ਤਾਂ ਪੰਜਾਬ ਨੇ 2017 'ਚ ਵੀ ਪਲਟੀ ਮਾਰੀ, 22 'ਚ ਵੀ ਮਾਰੀ ਹੈ, ਇਹ 27 'ਚ ਵੀ ਮਾਰਨਗੇ, ਅੱਜ ਅਜੇ 24 ਹੈ। ਇਹ ਤਾਂ ਪਲਟੀਆਂ ਵੱਜਣੀਆਂ ਨੇ, ਪੰਜਾਬ ਜਾਗਦਾ ਜਿਉਂਦਾ ਆ। ਬੇਸ਼ੱਕ ਸਮੇਂ ਦੀਆਂ ਪਰਤਾਂ ਕਦੇ ਕਦੇ ਸੂਰਜ ਨੂੰ ਵੀ ਬਦਲੀਆਂ ਕੱਜ ਲੈਂਦੀਆਂ ਨੇ, ਪਰ ਉਹ ਕੱਜਿਆ ਨਹੀਂ ਰਹਿੰਦਾ, ਸਮੇਂ ਆਉਣ 'ਤੇ ਨਸ਼ਰ ਹੁੰਦਾ। ਇਸ ਲਈ ਹੁਣ ਵੀ ਉਹ ਸੱਚ ਜਿਹੜਾ ਪੰਜਾਬ ਦਾ ਮੂਲ ਹੈ ਉਹਨੇ ਸਾਹਮਣੇ ਹੋਣਾ ਆ। ਅਤੇ ਗੁਰੂ ਰਹਿਮਤ ਕਰੇ ਅੱਜ ਅਸੀਂ ਇਹ ਬੇਸ਼ੱਕ ਉੱਥੇ ਆਖੀ ਜਾਣ ਵੀ ਸਾਨੂੰ ਆਹ ਥਾਪੜਾ ਮਿਲ ਗਿਆ ਅਤੇ ਉਹ ਮਿਲ ਗਿਆ, ਅਸੀਂ ਤਾਂ ਅਰਦਾਸ ਕਰਕੇ ਆਏ ਹਾਂ ਗੁਰੂ ਚਰਨਾਂ 'ਚ। ਅਤੇ ਬਾਬੇ ਜਰਨੈਲ ਸਿੰਘ ਹੋਣਾ ਦੀ ਗੱਲ ਅਕਸਰ ਮੈਂ ਕਰਦਾ ਹੁੰਦਾ ਹਾਂ, ਅਸੀਂ ਐਜ ਏ ਸੇਵਾਦਾਰ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰਾਜ ਸੀ ਉਹ ਬਾਦਸ਼ਾਹੀ ਨਹੀਂ ਸੀ, ਐਜ ਏ ਵਲੰਟੀਅਰ ਸੀ, ਔਰ ਉਹੀ ਚੀਜ਼ ਲੈ ਕੇ ਅਸੀਂ ਅਰਦਾਸ ਕਰਕੇ ਆਏ ਹਾਂ। ਅਤੇ ਬਾਬੇ ਨੂੰ ਕਿਸੇ ਨੇ ਕਿਹਾ ਸੀ ਬਾਬਾ ਤੂੰ ਤਾਂ ਅਰਦਾਸ ਕਰਕੇ ਤੁਰ ਪਿਆ, ਕਿ ਪੰਜਾਬ ਦੇ ਲੋਕ ਤੇਰੇ 'ਤੇ ਭਰੋਸਾ ਕਰਕੇ ਨਾਲ ਤੁਰਨਗੇ? ਅਤੇ ਬਾਬੇ ਦਾ ਜਵਾਬ ਸੀ ਸੇਵਾਦਾਰ ਦਾ ਕੰਮ ਹੁੰਦਾ ਹੈ ਅਰਦਾਸ ਕਰਕੇ ਮਾਲਕ ਲਈ ਤੁਰਨਾ, ਮਾਲਕ ਦੀ ਮਰਜ਼ੀ ਸਿਰ 'ਤੇ ਹੱਥ ਰੱਖਦਾ, ਮਾਲਕ ਜੀ ਮਰਜ਼ੀ ਨਾ ਰੱਖੇ ਪਰ ਸੇਵਾਦਾਰ ਦਾ ਫਰਜ਼ ਬਣਦਾ ਹੈ। ਜਿਵੇਂ ਇੱਕ ਆਰਮੀ ਵਾਲਾ ਆਖਰੀ ਦਮ 'ਤੇ ਆਖਰੀ ਗੋਲੀ ਤੱਕ ਲੜਦਾ ਹੈ, ਉਹ ਸਾਡੇ ਜੇਨ 'ਚ ਹੈ ਕਿ ਅਸੀਂ ਆਪਣੇ ਪੰਜਾਬ ਅਤੇ ਪੰਥ ਲਈ ਅਰਦਾਸ ਕਰਕੇ ਚੱਲੇ ਹਾਂ ਅਤੇ ਅਸੀਂ ਜੂਝਣਾ ਹੈ। ਅਸੀਂ ਕਿੱਥੋਂ ਤੱਕ ਚੱਲ ਸਕਦੇ ਹਾਂ ਚੱਲਾਂਗੇ, ਪਰ ਇਹ ਵੀ ਭਰੋਸੇ ਨਾਲ ਕਹਾਂਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਪੈੜਾਂ ਛੱਡ ਕੇ ਜਾਵਾਂਗੇ ਉਹਦੇ 'ਤੇ ਚੱਲ ਕੇ ਸਫਲ ਜ਼ਰੂਰ ਹੋਣਗੀਆਂ। ਅਤੇ ਸਰਦਾਰ ਕਪੂਰ ਸਿੰਘ ਹੋਣਾ ਵੀ ਕਦੇ ਚੋਣ ਲੜੀ ਸੀ, ਉਹ ਕਹਿੰਦੇ ਸੀ ਨਸ਼ਾ ਕਰਨ ਵਾਲਾ, ਤੰਬਾਕੂ ਪੀਣ ਵਾਲਾ ਮੈਨੂੰ ਵੋਟ ਨਾ ਪਾਇਓ, ਕਿਉਂਕਿ ਇਹੋ ਜਿਹੀਆਂ ਵੋਟਾਂ ਲੈ ਕੇ ਮੈਂ ਤੁਹਾਡਾ ਕੀ ਸਵਾਰ ਦੂੰ। ਅਤੇ ਸਾਰੇ ਬੰਦਿਆਂ ਨੇ ਕਪੂਰ ਸਿੰਘ ਹੋਣਾ ਨੂੰ ਜਿਤਾ ਕੇ MP ਬਣਾ ਕੇ ਲੋਕ ਸਭਾ 'ਚ ਭੇਜਿਆ ਸੀਗਾ ਵੀ ਇਹ ਕਿ ਬਾਬਾ ਆ ਜਿਹੜਾ ਨਸ਼ਿਆਂ ਤੋਂ ਸਾਨੂੰ ਵਰਜਦਾ ਹੈ, ਇਹ ਕੌਣ ਹੈ ਜਿਹੜੇ ਨਸ਼ੇ ਨਾਲ ਮਰਨ ਵਾਲੇ ਨੂੰ ਮੁਆਵਜ਼ੇ ਦੇ ਕੇ ਅਤੇ ਪੰਜਾਬ ਨੂੰ ਨਸ਼ੇੜੀ ਬਣਾਉਂਦੇ ਨੇ? ਇੱਕ ਉਹ ਸਮਾਂ ਸੀ ਚਲੋ ਜਦੋਂ ਉਹਨਾਂ ਨੂੰ ਜਿਤਾ ਦਿੱਤਾ ਹੋਊਗਾ, ਪਰ ਇੱਕ ਸਮਾਂ ਇਹ ਵੀ ਤਾਂ ਆਇਆ ਜਦੋਂ ਬੀਬੀ ਖਾਲੜਾ ਹਾਰੇ ਆ, ਜਦੋਂ ਜਿਹੜਾ ਤੁਸੀਂ ਵਾਰ ਵਾਰ ਜ਼ਿਕਰ ਕੀਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇੰਨਾ ਕੰਮ ਕੌਮ ਦੇ ਲਈ ਕੀਤਾ, ਮਨੁੱਖੀ ਅਧਿਕਾਰਾਂ ਦੇ ਲਈ ਲੜਾਈ ਕੀਤੀ, ਪਰ ਉਹਨਾਂ ਦੀ ਕੀਤੀ ਲੜਾਈ ਦਾ ਮੁੱਲ ਤਾਂ ਪਾਇਆ ਨਹੀਂ ਗਿਆ? ਫਿਰ ਉਸ ਚੀਜ਼ ਤੋਂ ਕਦੇ ਤੁਹਾਨੂੰ ਮਨ ਦੇ ਵਿੱਚ ਇੱਕ ਭੈ ਨਹੀਂ ਆਉਂਦਾ ਵੀ ਜੇ ਬੀਬੀ ਖਾਲੜਾ ਨੂੰ ਹਰਾ ਸਕਦੇ ਆ ਤਾਂ ਸਾਡਾ ਜਿੱਤਣਾ ਤਾਂ ਬਹੁਤ ਔਖਾ? ਨਹੀਂ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਅੱਜ ਵੀ ਸਾਡੇ ਦਿਲਾਂ 'ਤੇ ਰਾਜ ਕਰਦੇ ਆ। ਕੌਣ ਕਹਿੰਦੇ ਖਾਲੜਾ ਹਾਰਿਆ, ਕੌਣ ਕਹਿੰਦੇ ਖਾਲੜਾ ਮਾਰ ਦਿੱਤਾ? ਖਾਲੜਾ ਜੀ ਨੇ ਅੱਜ ਸਾਨੂੰ ਮਿਲਾਇਆ,
ਉਹਨਾਂ ਦੀ ਯਾਦ 'ਚ ਅਸੀਂ ਪੈਦਲ ਮਾਰਚ ਕੱਢਿਆ। ਉੱਥੋਂ ਸਾਡੀ ਮਿਲਣੀ ਹੋਈ ਖਾਲੜਾ ਜੀ ਤੋਂ, ਅਤੇ ਖਾਲੜਾ ਜੀ ਨੇ ਇੱਕ ਗੱਲ ਲਿਖੀ ਸੀ ਮਰਨ ਤੋਂ ਪਹਿਲਾਂ, ਮੈਨੂੰ ਪੰਜਾਬ ਪੁਲਿਸ ਨੇ ਮਾਰਨਾ, ਮੇਰੇ ਦੋਸ਼ੀ KPS ਗਿੱਲ ਅਤੇ ਬੇਅੰਤ ਸਿੰਘ ਹੋਣਗੇ ਮੂਰਖ ਮੰਤਰੀ, ਉਹਨੇ ਲਿਖਿਆ ਹੋਇਆ। ਔਰ ਨਾਲੇ ਵੀ ਕਹਿੰਦੇ ਸੀਗੇ ਵੀ ਮੈਨੂੰ ਪਤਾ ਇਹਨਾਂ ਨੇ ਮਾਰ ਦੇਣਾ, ਪਰ ਮੈਨੂੰ ਇਹ ਵੀ ਪਤਾ ਹੈ ਮੇਰੇ ਮਰਨ ਤੋਂ ਬਾਅਦ ਵੀ ਗਵਾਚਿਆਂ ਦੀ ਭਾਲ ਬੰਦ ਨਹੀਂ ਹੋਣੀ ਅਤੇ ਇਸ ਆਵਾਜ਼ ਨੇ ਹਮੇਸ਼ਾ ਜਿਉਂਦੇ ਰਹਿਣਾ। ਅੱਜ ਵੀ ਖਾਲੜਾ ਜਿਉਂਦਾ ਹੈ, ਖਾਲੜੇ ਨੂੰ ਮਾਰਨ ਵਾਲੇ ਮਰ ਗਏ। ਰਹੀ ਗੱਲ ਬੀਬੀ ਜੀ ਦੀ, ਸ਼ਾਮ ਸਿੰਘ ਅਟਾਰੀ ਵੀ ਸ਼ਹੀਦ ਹੋਇਆ ਸੀ, ਗੋਰੇ ਨੇ ਸਲਾਮ ਕਰਕੇ ਕਿਹਾ ਸੀਗਾ ਸਰਦਾਰ ਜੀ ਤੁਸੀਂ ਹਾਰੇ ਨਹੀਂ, ਤੁਹਾਨੂੰ ਹਰਾਇਆ ਗਿਆ ਹੈ, ਅਸੀਂ ਜਿੱਤੇ ਨਹੀਂ ਸਾਨੂੰ ਜਿਤਾਇਆ ਗਿਆ ਹੈ। ਅਤੇ ਇਸੇ ਤਰ੍ਹਾਂ ਬੀਬੀ ਜੀ ਨਾਲ ਹੋਇਆ ਆ, ਬੀਬੀ ਜੀ ਹਾਰੇ ਨਹੀਂ, ਬੀਬੀ ਜੀ ਨੂੰ ਹਰਾਇਆ ਗਿਆ ਸੀ, ਬੀਬੀ ਜੀ ਅੱਜ ਵੀ ਜਿੱਤੇ ਆ ਸਾਡੇ ਦਿਲਾਂ 'ਚ ਹੈ। ਜਿਹੜੇ ਜਿੱਤੇ ਦੀ ਖੁਸ਼ੀ ਮਨਾਉਂਦੇ ਸੀ ਲੋਕ, ਉਹਨਾਂ ਨੂੰ ਘਰਾਂ ਤੱਕ ਅਤੇ ਕੀ ਪਿੰਡਾਂ 'ਚ ਨਹੀਂ ਵੜਨ ਦੇ ਰਿਹਾ, ਅਤੇ ਬੀਬੀ ਨੂੰ ਤਾਂ ਅੱਜ ਵੀ ਡੀਕਦੇ ਆ ਵੀ ਖਾਲੜਾ ਜੀ ਦੇ ਘਰੋਂ ਕਦੋਂ ਆਉਣਗੇ ਉਹ ਮਾਤਾ ਜੀ ਹੋਣੀ। ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਸੇਵਾਦਾਰ ਆ, ਸੇਵਾ ਦਾ ਹੋਕਾ ਦੇਣਾ ਜਾ ਕੇ ਅਤੇ ਲੋਕ ਸਾਡੇ ਨਾਲ ਤੁਰਨਗੇ, ਪਰ ਬਹੁਤ ਸਾਰੀਆਂ ਧਿਰਾਂ ਜਿਨ੍ਹਾਂ ਦੇ ਖਿਲਾਫ਼ ਤੁਸੀਂ ਅਕਸਰ ਬੋਲਦੇ ਵੀ ਹੋ, ਉਹ ਫਿਰ ਇਹ ਵੀ ਕਹਿੰਦੀਆਂ ਵੀ ਭਾਈ ਵਿਡਾਲਾ ਹੋ ਰਹੀ ਤਾਂ ਫਿਰ ਚੋਣਾਂ ਦੇ ਨੇੜੇ ਖੜ੍ਹੇ ਹੁੰਦੇ ਆ, ਸਾਰੇ ਸਾਲਾਂ ਦੇ ਵਿੱਚ ਹੋਰ ਤਾਂ ਕਦੀ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ, ਜਦੋਂ ਚੋਣਾਂ ਆਉਂਦੀਆਂ ਤਾਂ ਇਹ ਪ੍ਰੋਪੋਗੰਡਾ ਕਰਨ ਲੱਗ ਜਾਂਦੇ। ਨਹੀਂ, ਇਹ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਦੀਆਂ ਅੱਖਾਂ ਚੁੰਦੇ ਆ ਚੁੱਕੀਆਂ ਨੇ, ਜਿਹੜੇ ਵੇਖਣਾ ਹੀ ਨਹੀਂ ਚਾਹੁੰਦੇ, ਜਿਨ੍ਹਾਂ ਕੋਲ ਵਿਰੋਧਤਾ ਤੋਂ ਸਿਵਾਏ ਹੋਰ ਕੋਈ ਸ਼ਬਦ ਨਹੀਂ। ਰਹੀ ਗੱਲ ਵੇਖਣ ਦੀ ਸਾਹਮਣੇ ਦੀ, 2020 4 ਨਵੰਬਰ ਤੋਂ ਤੰਬੂ ਲਾ ਕੇ ਚੌਂਕ 'ਚ ਬੈਠੇ ਹੋਏ ਹਾਂ, ਉਹ ਤਾਂ ਸਰਕਾਰ ਨੂੰ ਵੀ ਨਹੀਂ ਦਿਸ ਰਿਹਾ, ਉਤਨਾ ਸਰਕਾਰ ਨੂੰ ਆ ਵੀ ਦਿਸਿਆ ਹੋਊਗਾ ਅੱਜ ਇਕੱਠ ਕਿਹੜਾ ਕੀਤਾ, ਇੱਥੇ CID ਫਿਰ ਰਹੀ ਹੈ, ਉੱਥੇ ਕਦੀ ਕੋਈ ਇੰਟੈਲੀਜੈਂਸੀ ਆਉਂਦੀ ਹੈ, ਪਰ ਉਹ ਤੰਬੂ ਲਾ ਕੇ ਬੈਠੇ 328 ਸਰੂਪ ਚੋਰੀ ਵੇਚ ਦਿੱਤੇ ਨੇ ਬਾਦਲ ਕਿਆਂ ਨੇ, ਉਹਨਾਂ ਦੇ ਖਿਲਾਫ਼ ਸੁਪਰੀਮ ਕੋਰਟ ਕਹਿ ਰਿਹਾ ਸੰਗੀਨ ਅਪਰਾਧ ਹੈ, ਅਤੇ ਤੁਹਾਡਾ ਸੰਵਿਧਾਨ ਵੀ ਕਹਿ ਰਿਹਾ ਕਿ ਇਹ ਬੰਦੇ ਫੜ ਕੇ ਅੰਦਰ ਦਿਓ। ਹੁਣ 4 ਸਾਲ ਤੋਂ ਤੰਬੂ ਲਾਈ ਬੈਠੇ ਹਾਂ, ਪ੍ਰਸ਼ਾਸਨ ਨਹੀਂ ਦੇਖ ਰਿਹਾ, ਸਰਕਾਰ ਨਹੀਂ ਵੇਖ ਰਹੀ, ਅਦਾਲਤਾਂ ਤਰੀਕਾਂ ਦੇ ਰਹੀਆਂ ਨੇ, ਉੱਥੇ ਮੀਡੀਆ ਤੁਹਾਡੇ ਵਰਗਾ ਤੇ ਜਾ ਰਿਹਾ ਬਾਕੀ ਨਹੀਂ ਵੇਖ ਰਿਹਾ, ਉੱਥੇ ਵੱਡੇ ਵੱਡੇ ਪੰਥਕਾਂ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ, ਅਤੇ ਹੁਣ ਤੁਸੀਂ ਆਖੀ ਜਾਓ ਸੂਰਜ ਹੈ ਹੀ ਨਹੀਂ, ਸੂਰਜ ਹੈ ਹੀ ਨਹੀਂ, ਅਤੇ ਇੱਥੇ ਕਸੂਰ ਵੇਖਣ ਵਾਲੇ ਦਾ ਆ ਸੂਰਜ ਦਾ ਨਹੀਂ, ਅਸੀਂ ਤਾਂ ਉੱਥੇ ਚੌਂਕ 'ਚ ਮੰਜਾ ਡਾਈ ਬੈਠੇ, ਇਹ ਹੁਣ ਵੇਖਣ ਵਾਲੇ ਦੀ ਮਰਜ਼ੀ ਹੈ। ਉਸੇ ਚੌਂਕ ਦੇ ਵਿੱਚ ਇੱਕ ਮੋਰਚਾ ਹੋਰ ਲੱਗਿਆ ਹੋਇਆ ਜੀ, ਭਾਈ ਜਿਹੜੇ ਡਿਬਰੂਗੜ੍ਹ ਸਿੰਘ ਹੈਗੇ ਜੀ ਉਹਨਾਂ ਦੀ ਉਹਦੇ ਵਿੱਚ, ਅਤੇ ਉੱਥੇ ਵੀ ਜਿਹੜੇ ਹੈਗੇ ਤੁਸੀਂ ਉੱਥੇ ਹਾਜ਼ਰੀ ਭਰੀ ਹੈ ਜੀ, ਲੋਕ ਇਹ ਵੀ ਕਹਿੰਦੇ ਆ ਵੀ ਪੰਥ ਇਕੱਠਾ ਕਿਵੇਂ ਹੋਵੇ ਜਦੋਂ ਅਸੀਂ ਆਪਸ 'ਚ ਇੱਕ ਦੂਜੇ ਦੇ ਨਾਲ ਹੀ ਨਹੀਂ ਖੜ੍ਹਨਾ, ਕੋਈ ਬੰਦੀ ਸਿੰਘਾਂ ਦਾ ਅਲੱਗ ਮੋਰਚਾ ਚੱਲ ਰਿਹਾ, ਤੁਸੀਂ ਅਲੱਗ ਮੋਰਚਾ ਲਾਇਆ ਹੋਇਆ ਜੀ, ਉੱਥੇ ਅਲੱਗ ਮੋਰਚਾ ਚੱਲ ਰਿਹਾ, ਜਦੋਂ ਇੱਕ ਇਕੱਠੇ ਹੋ ਕੇ ਨਹੀਂ ਖੜ੍ਹਨਾ ਤਾਂ ਪੰਥ ਇਕੱਤਰ ਹੋਊਗਾ ਕਿੱਦਾਂ, ਨਿਸ਼ਾਨ ਸਾਹਿਬ ਦੇ ਥੱਲੇ ਤਾਂ ਹੋਵੇ, ਅਗਵਾਈ ਕੌਣ ਕਰੇ? ਪੰਥ ਪਹਿਲਾਂ ਵੀ ਇਕੱਠਾ ਸੀ ਅਤੇ ਅੱਜ ਵੀ ਇਕੱਠਾ ਹੀ ਆ, ਇਹ ਕਿਤੇ ਨਹੀਂ ਗਿਆ। ਜਿਹੜੇ ਲੋਕ ਵੱਖ ਵੱਖ ਡਫਲੀਆਂ ਵਜਾਉਂਦੇ ਨੇ ਉਹਨਾਂ ਨੂੰ ਪੰਥਕ ਕਹਿਣਾ ਸਾਡੀ ਮੂਰਖਤਾ ਹੀ ਹੈ, ਹੋਰ ਕੁਝ ਨਹੀਂ। ਰਹੀ ਗੱਲ ਵੱਖ ਵੱਖ ਧਰਨਿਆਂ ਦੀ, ਇਹ ਇਹਨਾਂ ਨੂੰ ਪੁੱਛੋ ਨਾ ਜਿਨ੍ਹਾਂ ਨੇ ਲਾਏ ਆ, ਸਭ ਉਦੋਂ ਕਿਸਾਨੀ ਮੋਰਚਾ ਵੀ ਨਹੀਂ ਲੱਗਾ ਜਦੋਂ ਅਸੀਂ ਬੈਠੇ, ਉਦੋਂ ਬੰਦੀ ਸਿੰਘਾਂ ਦਾ ਮੋਰਚਾ ਵੀ ਨਹੀਂ ਸੀ ਲੱਗਾ ਜਦੋਂ ਅਸੀਂ ਬੈਠੇ, ਉਦੋਂ ਬਰਗਾੜੀ ਮੋਰਚਾ ਵੀ ਨਹੀਂ ਸੀ ਲੱਗਾ ਜਦੋਂ ਅਸੀਂ ਬੈਠੇ, ਉਦੋਂ ਆ ਵੀ ਮੋਰਚਾ ਨਹੀਂ ਸੀ ਲੱਗਾ ਜਦੋਂ ਦੇ ਅਸੀਂ ਬੈਠੇ ਹਾਂ। ਇਹਨਾਂ ਨੂੰ ਪੁੱਛੋ ਨਾ ਵੀ ਉਹਨੂੰ ਪਹਿਲਾਂ ਫਤਿਹ ਕਰ ਲੈਂਦੇ ਫਿਰ ਹੋਰ ਲਾ ਲੈਂਦੇ, ਇਹ ਮੇਰਾ ਸਵਾਲ ਤਾਂ ਹੈ ਨਹੀਂ। ਔਰ ਅਸੀਂ ਤਾਂ ਡੀਕਦੇ ਰਹੇ, ਸਾਡੇ ਕੋਲ ਤਾਂ ਕੋਈ ਨਹੀਂ ਆਇਆ 4 ਸਾਲ ਤੋਂ,
ਅਸੀਂ ਤਾਂ ਫਿਰ ਰੋਜ਼ ਅਰਦਾਸ ਕਰਦੇ ਹਾਂ, ਬੰਦੀ ਸਿੰਘਾਂ ਦੀ ਵੀ ਕਰਦੇ ਹਾਂ, ਕਿਸਾਨ ਸੰਘਰਸ਼ ਦੀ ਵੀ ਕਰਦੇ ਹਾਂ, ਉੱਥੇ ਹੜ੍ਹਾਂ ਦੀ ਵੀ ਕਰਦੇ ਰਹੇ, ਕਰੋਨਿਆਂ ਵਿੱਚ ਵੀ ਜੂਝਦੇ ਰਹੇ ਹਾਂ, ਅਸੀਂ ਤਾਂ ਉੱਥੇ ਬੈਠੇ ਹੋਏ ਹਾਂ। ਇਸ ਲਈ ਇਹ ਸਵਾਲ ਇਹਨਾਂ ਦੇ ਨੇ ਵੀ ਜਦੋਂ ਉਹ ਲੱਗਾ ਹੋਇਆ ਸੀ ਤਾਂ ਤੁਸੀਂ ਵੱਖਰਾ ਕਿਉਂ ਲਾਇਆ, ਇਹ ਸਵਾਲ ਉਹਨਾਂ ਦੇ ਨੇ। ਅਤੇ ਹੁਣ ਤੁਸੀਂ 13 ਸੀਟਾਂ ਤੋਂ ਹੀ ਲੜੋਗੇ ਜਾਂ ਸਿਰਫ ਅਨੰਦਪੁਰ ਸਾਹਿਬ 'ਤੇ ਚੋਣ ਲੜਨ ਦਾ ਸਮੇਂ ਮੰਨ ਬਣਾਇਆ? ਅਸੀਂ ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਭਾਈ ਅਵਤਾਰ ਸਿੰਘ ਨਗਲਾ ਨੂੰ ਐਲਾਨ ਕੀਤਾ, ਪਰ ਅੱਜ ਤੁਸੀਂ ਸੁਣ ਲਿਆ ਹੋਣਾ ਆ ਵੀ ਸਾਰਿਆਂ ਦੇ ਜਿਹੜੇ ਸੁਝਾਅ ਸੀਗੇ ਵੀ ਤੁਸੀਂ 13 ਸੀਟਾਂ 'ਤੇ ਕੇਂਦਰਿਤ ਹੋਵੋ। ਹੁਣ ਅਸੀਂ ਅਗਲੀਆਂ ਮੀਟਿੰਗਾਂ ਇਕੱਤਰਤਾਵਾਂ ਕਰਾਂਗੇ, ਜੋ ਹਾਈ ਕਮਾਂਡ ਸਾਰੇ ਸਾਡੇ ਆਲ ਇੰਡੀਆ ਮੈਂਬਰ ਨੇ ਜਾਂ ਪੰਜਾਬ ਇਕਾਈ ਦੇ ਸੇਵਾਦਾਰ ਨੇ, ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ, ਅਸੀਂ ਸਾਰਿਆਂ ਨਾਲ ਰਾਬਤਾ ਕਰਾਂਗੇ। ਉਦੋਂ ਬਾਅਦ ਫਿਰ ਜਿਹੜੇ ਪੰਜਾਬ ਹਿਤੈਸ਼ੀ ਲੋਕ ਹੋਣਗੇ, ਪੰਜਾਬ ਦੇ ਲੋਕਾਂ ਲਈ ਸੋਚਦੇ ਹੋਣਗੇ, ਉਹ ਪੰਜਾਬ ਦੇ ਪਾਉਣ ਲਈ, ਪਾਣੀ ਲਈ, ਧਰਤੀ ਲਈ, ਅਜ਼ਮਤ ਲਈ, ਸਨਅਤ ਲਈ, ਬੇਰੁਜ਼ਗਾਰੀ ਖਿਲਾਫ਼, ਨਸ਼ਿਆਂ ਖਿਲਾਫ਼, 3.5 ਲੱਖ ਕਰੋੜ ਦੇ ਕਰਜ਼ੇ ਨੂੰ ਲਾਉਣ ਦੇ ਸੋਚਦੇ ਹੋਣਗੇ, ਅਸੀਂ ਫਿਰ ਉਹਨਾਂ ਨਾਲ ਰਾਬਤਾ ਕਰਾਂਗੇ। ਉਹ ਫਿਰ ਆਉਣ ਵਾਲੇ ਦਿਨਾਂ 'ਚ ਕਿਵੇਂ ਕਿਹੜੇ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ, ਉਹ ਜ਼ਰੂਰ ਤੁਹਾਡੇ ਰੂਬਰੂ ਹੋ ਕੇ ਸੰਗਤਾਂ ਦੇ ਸਾਹਮਣੇ ਹੋਵਾਂਗੇ। ਬਿਲਕੁਲ, ਅਵਤਾਰ ਸਿੰਘ ਨਗਲਾ ਸਾਹਿਬ, ਕਿਵੇਂ ਦੇਖਦੇ ਹੋ ਜੀ, ਕੋਈ ਪੰਚਾਇਤੀ ਚੋਣ ਵੀ ਲੜਨੀ ਹੋਵੇ ਤਾਂ ਬੰਦੇ ਨੂੰ ਪਿੰਡ ਦੇ ਸਾਰੇ ਘਰਾਂ ਦਾ ਹਿਸਾਬ ਲਾਉਣਾ ਪੈਂਦਾ, ਕਿਹੜੀਆਂ ਵੋਟਾਂ ਮੇਰੇ ਹੱਕ 'ਚ, ਕਿਹੜੀਆਂ ਖਿਲਾਫ਼। ਫਿਰ ਉਸ ਤੋਂ ਬਾਅਦ ਵਿਧਾਨ ਸਭਾ ਦੀ ਚੋਣ ਲੜਨੀ ਹੋਵੇ ਤਾਂ ਉਹ ਵੀ ਬੰਦਾ ਹੌਸਲਾ ਨਹੀਂ ਕਰ ਪਾਉਂਦਾ। ਤੁਸੀਂ ਤਾਂ ਲੋਕ ਸਭਾ ਦੀ ਚੋਣ 'ਚ ਖੜ੍ਹ ਰਹੇ ਹੋ ਜੀ, ਇੰਨਾ ਵੱਡਾ ਇਲਾਕਾ, ਇੰਨਾ ਵੱਡਾ ਹਲਕਾ, ਤੁਹਾਨੂੰ ਕੋਈ ਮਨ ਦੇ ਵਿੱਚ ਭੈ ਨਹੀਂ ਆਉਂਦਾ ਕਿ ਬਹੁਤ ਵੱਡਾ ਏਰੀਆ ਅਤੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਵੀ ਨਹੀਂ, ਅਤੇ ਕਿਵੇਂ ਕਵਰ ਕਰੋਗੇ? ਜਿਵੇਂ ਕਿ ਤੁਸੀਂ ਇਹ ਸਵਾਲ ਪੁੱਟ ਕੀਤਾ, ਸਰਪੰਚੀ ਦਾ ਚੋਣ ਲੜਨਾ ਔਖਾ ਹੈ। ਸਭ ਤੋਂ ਪਹਿਲਾਂ ਮੈਂ ਦੱਸਣਾ, ਮੇਰੇ ਮਦਰ 15 ਸਾਲ ਪੰਚਾਇਤ ਮੈਂਬਰ ਰਹੇ ਹੈ, ਜੋ ਸਾਡੇ ਖਾਨਦਾਨ ਦੀ, ਦਾਦਾ ਜੀ ਮੇਰੇ ਪਟਵਾਰੀ ਸੀ, ਮਾਮਾ ਜੀ ਮੇਰੇ ਜਥੇਦਾਰ ਸੰਤ ਸਿੰਘ ਰੁੜਕੀ, ਜਿਨ੍ਹਾਂ ਨੂੰ ਖਰੜ ਦੇ ਵਿੱਚ ਸ਼ਹੀਦ ਕੀਤਾ ਗਿਆ। ਉਸ ਟਾਈਮ ਮੈਂ ਛੋਟਾ ਸੀ, ਪੜ੍ਹਦਾ ਸੀ। ਜੋ ਮਦਰ ਨੇ ਪੰਚਾਇਤ ਮੈਂਬਰ ਬਣ ਕੇ ਜਿਵੇਂ ਸਾਡੇ ਨਗਰ ਦੀ ਪੰਚਾਇਤੀ ਸ਼ਾਮਲਾਲ ਜ਼ਮੀਨਾਂ ਨੂੰ ਬਚਾਉਣ ਖਾਤਰ ਸੇਵਾ ਨਿਭਾਈ, ਅਤੇ ਜਿਵੇਂ ਮਾਤਾ ਪਿਤਾ ਜੋ ਆਪਣੇ ਬੱਚੇ ਨੂੰ ਜਿਹੋ ਜਿਹੀ ਸਿੱਖਿਆ ਦੇਵੇਗਾ, ਪੁੱਤਰ ਉਸੇ ਮੁਤਾਬਕ ਚੱਲੇਗਾ। ਅਤੇ ਸਾਡੇ ਖਾਨਦਾਨ ਦੀ ਰੀਤ ਹੈ ਕਿ ਜੋ ਸਾਡੀਆਂ ਸਭ ਤੋਂ ਪਹਿਲਾਂ ਪ੍ਰਣ ਇਹ ਕੀਤਾ ਸੀ, ਜਿਵੇਂ ਕਿ ਨਗਰ ਪੰਚਾਇਤ ਦੀਆਂ ਜਿਹੜੀਆਂ ਜ਼ਮੀਨਾਂ, ਉਹ ਛੋਟੇ ਵਰਗ ਦੇ ਕਿਸਾਨਾਂ ਨੂੰ ਇੱਕ ਰੋਜ਼ੀ ਰੋਟੀ ਦਾ ਸਾਧਨ ਹੈ, ਦੂਜਾ ਉਹਦੇ ਵਿੱਚ ਜਿਹੜਾ 1/3 ਹਿੱਸਾ ਅਨੁਸੂਚਿਤ ਜਾਤੀ ਲਈ ਰਿਜ਼ਰਵ ਹੈ, ਅਤੇ ਉਹਦੇ ਲਈ ਉਹ ਗਰੀਬਾਂ ਦੇ ਲਈ। ਪਰ ਮੇਰੇ ਪਿੰਡ ਕੀ ਹੋਇਆ ਕਿ ਜਿਹੜੀ ਸ਼ਾਮਲਾਲ ਜ਼ਮੀਨ ਹੈ, ਗੈਰ ਕਾਨੂੰਨੀ ਢੰਗ ਨਾਲ ਸੇਲ ਕੀਤੀ ਗਈ, ਉਹਦੇ ਰਜਿਸਟਰੀਆਂ ਇੰਤਕਾਲ ਹੋ ਗਏ, ਉਸ ਤੋਂ ਬਾਅਦ ਮੈਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ, ਅਤੇ ਮੈਂ ਬੇਅੰਤ ਸਿੰਘ ਤੋਂ ਲੈ ਕੇ ਕੈਪਟਨ ਅਮਰਿੰਦਰ 2007 ਤੱਕ ਮੁੱਖ ਮੰਤਰੀਆਂ ਨਾਲ ਡਿਊਟੀ ਨਿਭਾਈ ਹੈ, ਅਤੇ ਇਹਨਾਂ ਦੇ ਪੋਤੜਿਆਂ ਤੱਕ ਦਾ ਵਾਕਫ ਹੈ ਕਿਵੇਂ ਕਿਵੇਂ ਇਹ ਸਟੇਜਾਂ ਦੇ ਉੱਤੇ ਆਪਣੇ ਭਾਸ਼ਣ ਦੇ ਕੇ ਆਮ ਜਨਤਾ ਨੂੰ ਗੁੰਮਰਾਹ ਕਰਦੇ ਹੈ, ਅਤੇ ਵੋਟਾਂ ਵਟੋਰ ਕੇ ਸਰਕਾਰ ਬਣਾ ਕੇ ਕਿਵੇਂ ਇਹ ਲੁੱਟਦੇ ਅਤੇ ਕੁੱਟਦੇ ਹੈ। ਜੇਕਰ ਕੋਈ ਵਿਅਕਤੀ ਇਹਨਾਂ ਚੋਰਾਂ ਦੇ ਖਿਲਾਫ, ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਦੇ ਖਿਲਾਫ ਆਵਾਜ਼ ਬੁਲੰਦ ਰੱਖਦਾ, ਤਾਂ ਉਹਦੇ 'ਤੇ ਇੱਕੇ ਉਹਨਾਂ ਕੋਲ ਹਥਿਆਰ ਹੈ, ਪੰਜਾਬ ਪੁਲਿਸ। ਪੰਜਾਬ ਪੁਲਿਸ ਫਿਰ ਕੀ ਕਰਦੀ ਹੈ, ਲੀਡਰਾਂ ਦੇ, ਸਰਕਾਰ ਦੇ ਸੀਨੀਅਰ ਜੋ ਰਸੂਕਵਾਨ ਲੋਕ ਹੈ, ਜੋ ਸ਼ਾਮਲਾਤ ਲੈਂਡ ਸਕੈਮ
ਮਾਈਨਿੰਗ ਮਾਫੀਆ, ਹਾਊਸਿੰਗ ਪ੍ਰੋਜੈਕਟ ਮਾਫੀਆ, ਭ੍ਰਿਸ਼ਟ ਅਧਿਕਾਰੀ, ਸਿਆਸੀ ਲੀਡਰਾਂ ਦੀ ਸਹਿ ਦੇ ਉੱਤੇ ਜੇ ਇਹ ਕਿਸੇ ਛੋਟੇ ਵਰਗ ਦੇ ਜਾਂ ਦਲਿਤ ਸਮਾਜ ਦੇ ਲਈ ਕੋਈ ਆਵਾਜ਼ ਬੁਲੰਦ ਕਰਦਾ, ਉਹਦੇ 'ਤੇ ਸੰਗੀਨ ਦੋਸ਼ ਲਾ ਕੇ ਸਖ਼ਤ ਧਾਰਾਵਾਂ ਦਰਜ ਕਰਕੇ, ਪਰਚਾ ਦਰਜ ਕਰਕੇ ਉਹਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਇਹ ਪੰਜਾਬ ਪੁਲਿਸ ਕਰਦੀ ਹੈ। ਜੋ ਦਾਸ ਨਾਲ 20 ਸਾਲ ਤੋਂ ਮੈਂ ਇਹ ਲੜਾਈ ਲੜ ਰਿਹਾ, ਜਿਹਦੇ ਵਿੱਚ ਮੇਰੇ 'ਤੇ 26ਵਾਂ ਮੁਕੱਦਮਾ ਦਰਜ ਸੀ। ਤੁਸੀਂ ਪੰਜਾਬ ਪੁਲਿਸ ਦੇ ਸਤਾਏ ਹੋਏ ਇਸ ਪਾਸੇ ਆ ਰਹੇ ਹੋ ਜਾਂ ਫਿਰ ਕੋਈ ਵਿਜ਼ਨ ਵੀ ਹੈਗਾ ਵੀ ਲੋਕਾਂ ਲਈ ਲੋਕ ਸਭਾ 'ਚ ਮੰਨ ਲਓ ਤੁਹਾਨੂੰ ਭੇਜਤਾ ਜੀ ਤਾਂ ਉੱਥੇ ਤੁਸੀਂ ਖੜੋਗੇ ਤਾਂ ਕਿਹੜੀਆਂ ਗੱਲਾਂ ਕਰੋਗੇ, ਕਿਹੜੀਆਂ ਹੱਕ ਪੰਜਾਬ ਦੇ ਹੱਕ 'ਤੇ ਜਾਣਗੀਆਂ, ਕੀ ਕੁਝ ਸੋਚਿਆ ਹੋਇਆ ਲੋਕਾਂ ਨੇ? ਦੇਖੋ ਜੀ, ਪੰਜਾਬ ਪੁਲਿਸ ਦਾ ਸਤਾਇਆ ਹੋਇਆ ਨਹੀਂ, ਪੰਜਾਬ ਪੁਲਿਸ ਦਾ ਜੋ ਕੰਮ ਕਾਰ ਹੈ ਉਹ ਕੇਵਲ ਅਤੇ ਕੇਵਲ ਜਿਵੇਂ ਜਿਹਦੀ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਜੋ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਦੇ ਖਿਲਾਫ ਆਵਾਜ਼ ਬੁਲੰਦ ਰੱਖੇਗਾ ਉਹਦੇ ਖਿਲਾਫ ਫਿਰ ਇਹ ਮੁਕੱਦਮੇ ਦਰਜ ਕਰਦੀ ਹੈ। ਅਤੇ ਜੋ ਕਿ ਤਾਜ਼ੀ ਘਟਨਾ ਹੋਣੇ ਜੋ ਨਵੀਂ ਬਣੀ ਸਰਕਾਰ ਦੇ ਵਿੱਚ, ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਚਲਾਇਆ, ਜਿਹਦੇ ਵਿੱਚ ਸਭ ਤੋਂ ਪਹਿਲਾ ਪ੍ਰੋਗਰਾਮ 6 ਫਰਵਰੀ ਨੂੰ ਜੋ 24 ਨੂੰ ਪਿੰਡ ਭਾਂਖਰਪੁਰ ਡੇਰਾਬੱਸੀ ਬਲਾਕ ਦੇ ਵਿੱਚ ਉਲੀਕਿਆ ਗਿਆ। ਲੇਕਿਨ ਉਸ ਹਲਕੇ ਦੇ ਜਿਹੜੇ ਚੰਡੀਗੜ੍ਹ ਦੇ ਆਸ ਪਾਸ ਜਿੰਨੇ ਵੀ ਸ਼ਾਮਲੜ ਜ਼ਮੀਨਾਂ 'ਤੇ ਅਵੈਧ ਕਬਜ਼ੇ ਗੈਰ ਕਾਨੂੰਨੀ ਢੰਗ ਨਾਲ ਵੇਚੀਆਂ ਗਈਆਂ, ਉਹਨਾਂ ਦੇ ਖਿਲਾਫ਼ ਸਾਡੀ ਕੋਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਜਿਹੜੀ ਹੈ ਸੇਵਾ ਨਿਭਾ ਰਹੀ ਹੈ। ਉਸ ਦੇ ਵਿੱਚ ਐਨ ਕੇ ਸ਼ਰਮਾ ਜੋ ਸਾਬਕਾ MLA ਅਕਾਲੀ ਦਲ ਬਾਦਲ ਦਾ, ਜਿਵੇਂ ਕਿ ਪਹਿਲਾਂ ਸਵਰਗੀ ਜੋ ਕੈਪਟਨ ਕਮਲਜੀਤ ਸੀਗੇ ਉਹ ਵੱਡੇ ਬਾਦਲਾਂ ਦਾ ਕਮਾਊ ਪੁੱਤ ਸੀ, ਇਸੇ ਤਰ੍ਹਾਂ ਹੁਣ ਸੁਖਬੀਰ ਬਾਦਲ ਦਾ ਜਿਹੜਾ ਕਮਾਊ ਪੁੱਤ ਹੈ ਉਹ NK ਸ਼ਰਮਾ ਹੈ, ਜੋ ਕਿ ਜਿਵੇਂ ਸਾਡੇ ਜੀਰਕਪੁਰ ਨਗਰ ਕੌਂਸਲ ਦੇ ਵਿੱਚ ਜਿਹੜੇ ਪਿੰਡ ਸ਼ਾਮਲ ਆਏ ਹੋਏ ਹੈ, ਜਿਵੇਂ ਸ਼ਰਮਾ ਜੀ ਦਾ ਪਿੰਡ ਹੀ ਹੈ, ਉਹਦੇ 'ਚ 1500 ਵਿਘੇ ਪੰਚਾਇਤੀ ਜ਼ਮੀਨ ਹੈ, ਉਹ ਕਿੱਥੇ ਗਈ? ਉਹਦੇ 'ਚ ਕਿਹੜੇ ਕਿਹੜੇ ਹਾਊਸਿੰਗ ਪ੍ਰੋਜੈਕਟ, ਕਿਹੜੇ ਕਿਹੜੇ ਮਾਲ ਬਣੇ ਆ, ਕਿਵੇਂ ਬਣ ਗਏ, ਕਿਵੇਂ ਉਹਨਾਂ ਦੀ NOC ਹੋਈ, ਕਿਵੇਂ CLU ਹੋਇਆ, ਕਿਵੇਂ ਉਹਨਾਂ ਦੇ ਨਕਸ਼ੇ ਪਾਸ ਹੋਏ, ਇਹ ਮੁੱਦਾ ਅਸੀਂ ਚੁੱਕ ਕੇ ਭਗਵੰਤ ਮਾਨ ਜੀ ਨੂੰ 4 ਅਪ੍ਰੈਲ ਨੂੰ ਪਹਿਲਾਂ ਮੁਲਾਕਾਤ ਕੀਤੀ, ਉਸ ਤੋਂ ਬਾਅਦ 4 ਮਈ ਨੂੰ ਅਸੀਂ ਮੁਲਾਕਾਤ ਕਰਨ ਲਈ ਕੋਠੀ 'ਤੇ ਗਏ, ਜੋ ਕਿ ਸਾਡੇ ਇੱਕ SGPC ਦਾ ਮੈਂਬਰ ਹੈ ਨਰਮੈਲ ਸਿੰਘ ਜੌਲਾ, ਜਿਹਨੇ 125 ਏਕੜ ਸਰਪਲਸ ਜ਼ਮੀਨ ਜੋ ਸਰਕਾਰ ਵੱਲੋਂ ਘੋਸ਼ਿਤ ਕੀਤੀ ਗਈ ਹੈ ਉਹਦੇ 'ਤੇ ਨਜਾਇਜ਼ ਕਬਜ਼ਾ, ਜਿਹੜੀ ਸਰਪਲਸ ਜ਼ਮੀਨ ਹੈ ਇਹ ਤਕਰੀਬਨ 8000 ਏਕੜ ਦੇ ਕਰੀਬ ਹੈ, ਡੇਰਾਬੱਸੀ ਤੋਂ ਲੈ ਕੇ ਪਠਾਨਕੋਟ ਤੱਕ ਇਸੇ ਬੈਲਟ 'ਚ ਹੈ। ਉਹ ਸਰਪਲਸ ਜ਼ਮੀਨ ਦੇ ਵਿੱਚ ਜੋ ਕਾਨੂੰਨ ਮੁਤਾਬਕ ਉਹ ਜ਼ਮੀਨ ਜਿਹੜੇ ਬੇਜ਼ਮੀਨੇ ਲੋਕ ਬੇਘਰੇ ਲੋਕ ਉਹਨਾਂ ਦੇ ਵਿੱਚ ਤਕਸੀਮ ਕੀਤੀ ਜਾ ਸਕਦੀ ਹੈ, ਪਰ ਅੱਜ ਵੀ ਉਸ ਜ਼ਮੀਨ ਦੇ ਉੱਤੇ ਵੱਡੇ ਧਨਾੜ ਲੋਕਾਂ ਦਾ ਲੀਡਰਾਂ ਦਾ ਕਬਜ਼ਾ ਹੈ। ਪਰ ਤੁਸੀਂ ਚੋਣ ਅਨੰਦਪੁਰ ਸਾਹਿਬ ਤੋਂ ਲੜ ਰਹੇ ਹੋ, ਇੱਥੇ ਦੇ ਮੁੱਦੇ ਕਿਹੜੇ ਤੁਹਾਡੇ ਧਿਆਨ ਦੇ ਵਿੱਚ? ਸਮਾਂ ਤਾਂ ਬਹੁਤ ਥੋੜ੍ਹਾ ਰਹਿ ਗਿਆ ਜੀ। ਇਹਦੇ ਵਿੱਚ ਜੋ ਕੰਢੀ ਏਰੀਏ ਦਾ, ਜਿਵੇਂ ਕਿ ਸਾਨੂੰ ਮੈਂ ਜੋ ਪੰਚਾਇਤ ਮਹਿਕਮਾ, ਵਣ ਵਿਭਾਗ ਮਹਿਕਮਾ ਅਤੇ ਰੈਵੀਨਿਊ ਮਹਿਕਮਾ, ਸਥਾਨਕ ਸਰਕਾਰ ਮਹਿਕਮੇ ਦੀਆਂ ਜਿਹੜੇ ਨਿਯਮ ਹੈ ਸਰਕਾਰ ਦੇ ਉਹਨਾਂ ਦੀ ਪੂਰੀ ਜਾਣਕਾਰੀ ਹੈ। ਪੜ੍ਹਿਆ ਤਾਂ ਮੈਂ ਵੈਸੇ ਘੱਟ ਹੀ ਹਾਂ, ਮੈਟ੍ਰਿਕ ਪਾਸ ਹੈ, 2nd ਡਿਵੀਜ਼ਨ ਹੈ, ਪਰ ਜੋ ਮੈਂ ਇਸ ਸੰਘਰਸ਼ਾਂ ਦੇ ਵਿੱਚ ਰਗੜੇ ਖਾਧੇ ਹੈ ਔਰ ਪਰਚੇ ਦਰਜ ਹੋਏ ਹੈ, ਜੇਲ੍ਹਾਂ 'ਚ ਜਾਣਾ ਪਿਆ, ਅੰਨਾ ਤਸੱਦਦ ਸਹਿਣਾ ਪਿਆ, ਪਰ ਅਸੀਂ ਜੋ ਸਾਡੇ ਪਿਤਾ
ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਪੁੱਤਰ ਹੈ, ਜੋ ਉਹਨਾਂ ਦੇ ਉਪਦੇਸ਼ ਮੁਤਾਬਕ ਅਸੀਂ ਜਿਹੜਾ ਸੇਵਾ ਨਿਭਾਉਣ ਵਾਸਤੇ ਸੇਵਾ 'ਚ ਲੱਗੇ ਹਾਂ। ਜੋ 17 ਜਨਵਰੀ ਨੂੰ ਸਾਡੀ ਜਿਹੜੀ ਪਹਿਲੀ ਮੁਲਾਕਾਤ, ਜੋ ਸ਼ਹੀਦ ਸਾਡੇ ਜਸਵੰਤ ਸਿੰਘ ਜੀ ਖਾਲੜਾ ਦੇ ਨਗਰ ਤੋਂ ਇਨਸਾਫ ਮਾਰਚ, ਪੈਦਲ ਮਾਰਚ ਕੱਢੀ ਗਈ ਸੀ, ਉਸ ਦੇ ਵਿੱਚ ਬਡਾਲਾ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ। ਉੱਥੇ ਗੱਲਬਾਤ ਹੋ ਕੇ ਅਸੀਂ ਸਾਰੇ ਵਿਚਾਰ ਸਾਂਝੇ ਕੀਤੇ। ਜਦੋਂ ਕਿ ਮੈਂ 2011 ਦੇ ਵਿੱਚ, ਜਦੋਂ ਇਹ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਦੇ ਦਬਾਅ ਦੇ ਉੱਤੇ 1/3 ਅਨੁਸੂਚਿਤ ਜਾਤੀ ਦੀ ਜ਼ਮੀਨ ਦੇ ਉੱਤੇ ਰਸੂਕਵਾਨ ਲੋਕ ਲੈਂਡ ਮਾਫੀਆ ਕਬਜ਼ਾ ਕਰਨ ਆਇਆ ਸੀ, ਉਸ ਦੇ ਵਿਰੋਧ ਦੇ ਵਿੱਚ ਮੈਂ 29 ਦਿਨ ਸਫੈਦੇ 'ਤੇ ਪੇੜ 'ਤੇ 70 ਫੁੱਟ ਦੀ ਉਚਾਈ 'ਤੇ ਮੰਜਾ ਲਾ ਕੇ ਧਰਨਾ ਦਿੱਤਾ ਸੀ, ਜਿਸ ਦੇ ਵਿੱਚ ਮੇਰੇ 'ਤੇ ਹੀ ਝੂਠੇ ਮੁਕੱਦਮੇ ਦਰਜ ਕਰਕੇ ਮੈਨੂੰ ਜੇਲ੍ਹ 'ਚ ਵੀ ਭੇਜਿਆ ਗਿਆ। ਪਰ ਤੁਸੀਂ ਹੁਣ ਇਹ ਪਾਰਟੀ ਕਿਉਂ ਚੁਣ ਲਈ, ਸਿੱਖ ਸਦਭਾਵਨਾ ਦਲ ਦੇ ਵੱਲੋਂ ਕਿਉਂ ਖੜ੍ਹੇ ਹੋ ਰਹੇ ਹੋ? ਬਹੁਤ ਸਾਰੀਆਂ ਪਾਰਟੀਆਂ ਜਿਨ੍ਹਾਂ ਨੂੰ 92 ਸੀਟਾਂ ਦਾ ਬਹੁਮਤ ਆ, ਬਹੁਤ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਜੀ, ਅਤੇ ਉਹ ਪੰਜਾਬ ਦੀਆਂ ਪੰਥਕ ਪਾਰਟੀਆਂ ਕਹਾਉਣ ਵਾਲੀਆਂ ਪਾਰਟੀਆਂ, ਉੱਥੇ ਤਾਂ ਵੱਡੇ ਨਾਮ ਹੁੰਦੇ ਆ, ਜਾਂਦੀ ਸਰ ਚਿਹਰਾ, ਪ੍ਰਚਾਰ, ਪੈਸਾ, ਸਾਰਾ ਕੁਝ ਆ, ਫਿਰ ਤੁਸੀਂ ਇਹ ਪਾਰਟੀ ਕਿਉਂ ਚੁਣੀ? ਜਦੋਂ ਕਿ ਇਤਿਹਾਸ ਦੇ ਵਿੱਚ ਦੇਖੋ, ਜ਼ਿਆਦਾ ਤਾਂ ਮੈਨੂੰ ਪਤਾ ਨਹੀਂ, ਜੋ ਸਾਡੇ ਗੁਰੂ ਗੋਬਿੰਦ ਸਿੰਘ ਨੇ ਇੱਥੇ 22 ਧਾਰ ਦੇ ਰਾਜਿਆਂ ਨੇ ਕਿਲ੍ਹੇ ਮਹਿਲ ਛੱਡ ਕੇ ਕਿਹਦੇ ਵਾਸਤੇ ਗਏ ਆ? ਉਹ ਸਾਡੇ ਵਾਸਤੇ ਗਏ ਆ। ਅਸੀਂ ਕੇਵਲ ਅਤੇ ਕੇਵਲ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੈ, ਜਦ ਤੱਕ ਸਵਾਸ ਹੈ, ਅਤੇ ਅਸੀਂ ਇਸੇ ਤਰ੍ਹਾਂ ਆਵਾਜ਼ ਬੁਲੰਦ ਰੱਖਾਂਗੇ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਦੇ ਖਿਲਾਫ਼, ਅਤੇ ਆਮ ਜਨਤਾ ਲਈ ਸੇਵਾ, ਕਿਸੇ ਨਾਲ ਧੱਕਾ ਹੋ ਰਿਹਾ, ਕਿਸੇ ਨਾਲ ਕਿਸੇ ਤਰ੍ਹਾਂ ਦਾ ਵੀ ਕੁਕਰਮ ਹੋ ਰਿਹਾ, ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਘਿਣਾਉਣੇ ਅਪਰਾਧ ਕਰਦਾ, ਉਹਦੇ ਖਿਲਾਫ਼ ਅਸੀਂ ਡਟ ਕੇ ਸੇਵਾ ਨਿਭਾਵਾਂਗੇ, ਸੇਵਾ ਨਿਭਾਉਂਦੇ ਆ ਰਹੇ ਹਾਂ। ਪਟਾਲਾ ਸਾਹਿਬ, ਕੀ ਅਪੀਲ ਕਰੋਗੇ ਆਖਿਰ 'ਚ ਸੰਗਤ ਨੂੰ? ਹੁਣ ਤੁਸੀਂ ਐਲਾਨ ਤਾਂ ਕਰ ਦਿੱਤਾ ਕਿ ਲੋਕ ਸਭਾ ਚੋਣ ਅਨੰਦਪੁਰ ਸਾਹਿਬ ਤੋਂ ਲੜਨਗੇ ਨਗਲਾ ਸਾਹਿਬ, ਅਤੇ ਅਪੀਲ ਕੀ ਹੈ ਜੀ? ਅਪੀਲ ਸਮੁੱਚੇ ਪੰਜਾਬ ਵਾਸੀਆਂ ਨੂੰ ਇਹੀ ਕਰਦੇ ਹਾਂ ਕਿ 1840 ਤੋਂ ਬਾਅਦ, ਜਾਂ ਕਹਿ ਲਈਏ ਕਿ 46 ਤੋਂ ਬਾਅਦ, ਜਿੰਨੇ ਵੀ ਇੱਥੇ ਸਿਆਸੀ ਧਿਰ ਲੀਡਰ ਆਏ, ਸਾਰਿਆਂ ਨੇ ਪੰਜਾਬ ਨੂੰ ਹਰ ਪੱਖ ਤੋਂ ਸਿਵਿਆਂ ਤੱਕ ਲਿਜਾਣ 'ਚ ਕੋਈ ਕਸਰ ਨਹੀਂ ਛੱਡੀ। ਹੁਣ ਸਿਵਿਆਂ 'ਚ ਸੰਸਕਾਰ ਕਰਨ ਦੀ ਤਿਆਰੀ 'ਚ ਨੇ, ਜਿਵੇਂ ਅਨੰਦਪੁਰ ਸਾਹਿਬ ਚੱਕ ਕੇ ਇੱਧਰ ਨੂੰ ਜੋੜ ਦਿਓ, ਗੁਰਦਾਸਪੁਰ ਨੂੰ ਉਹਨੂੰ ਕੱਢ ਦਿਓ, ਮਾਲਵੇ ਨੀ ਬੈਲਟ ਉੱਧਰ ਵੱਢ ਦਿਓ, ਮਾਝੇ ਨੂੰ ਛਾਉਣੀ, ਕਲੋਨੀਆਂ, ਬੇਲੋੜੀਆਂ ਸੜਕਾਂ 'ਚ ਖਪਤ ਕਰ ਦਿਓ, ਇਹ ਸਾਡੀ ਆਖਰੀ ਸੀੜੀ 'ਤੇ ਖੜ੍ਹੇ ਹਾਂ। ਅਤੇ ਪੰਜਾਬ ਵਾਸੀਓ, ਇੱਕ ਬੰਨੇ ਸਿਆਸੀ ਧਿਰਾਂ ਉਹ ਨੇ, ਦਲ ਬਦਲੂ ਲੀਡਰ ਨੇ, ਇੱਕ ਪਾਸੇ ਪੰਜਾਬ ਦੇ ਜਾਏ ਨੇ, ਇਹ ਹੁਣ ਪੰਜਾਬ ਦੇ ਜਾਇਆਂ ਨੇ ਪੰਜਾਬ ਦੇ ਜਾਇਆਂ ਦਾ ਸਾਥ ਦੇਣਾ ਹੈ। ਅਸੀਂ ਅਪੀਲ ਕਰਦੇ ਹਾਂ ਕਿ ਆਓ ਸਾਰੇ ਸਿਰ ਜੋੜੀਏ, ਵੰਗਾਰ ਹੈ ਤੁਹਾਨੂੰ, ਆਓ ਸਿਰਜੀਏ ਨਵਾਂ ਪੰਜਾਬ। ਅਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼ ਉਹ ਕੀ ਹੈ? ਪੰਜਾਬ ਜਿਤਾਓ, ਪੰਜਾਬ ਬਚਾਓ, ਪੰਜਾਬ ਜਿਤਾਓ। ਇਹ ਨਾ ਕਿਹੋ ਕਿ ਇਸ ਵਾਰੀ ਫਲਾਣੀ ਪਾਰਟੀ ਜਿੱਤੂ, ਫਲਾਣਾ ਲੀਡਰ ਜਿੱਤੂ, ਇਸ ਵਾਰੀ ਇਹ ਸਿੱਧ ਕਰ ਦਿਓ ਪੰਜਾਬ ਜਿੱਤੂ। ਤਾਂ ਬਿਲਕੁਲ, ਪੰਜਾਬ ਨੂੰ ਬਚਾਉਣ ਦੇ ਦਾਅਵੇ ਹਰੇਕ ਪਾਰਟੀ ਦੇ, ਹਰ ਪਾਰਟੀ ਅਜਿਹਾ ਹੀ ਨਾਰਾ ਕੁਝ ਦੇ ਰਹੀ ਹੈ, ਪਰ ਕੋਈ ਪਾਰਟੀ ਜੇ ਕਹਿ ਰਹੀ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਗੁਰੂਆਂ ਪੀਰਾਂ ਦੀ ਰਾਹ ਦੇ ਉੱਤੇ ਹਾਂ, ਕੋਈ ਕਹਿੰਦੇ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਹਾਂ, ਤਾਂ ਪੰਜਾਬ ਦੇ ਜਾਏ ਹੋਣ ਦੇ ਨਾਤੇ ਭਾਈ ਬਲਦੇਵ ਸਿੰਘ ਬਡਾਲਾ ਦੇ ਵੱਲੋਂ ਇੱਕ ਅਪੀਲ
ਕੀਤੀ ਗਈ ਹੈ ਕਿ ਸਾਡੇ ਵੱਲੋਂ ਜੋ ਅਨੰਦਪੁਰ ਸਾਹਿਬ ਚੋਣ ਹਲਕੇ ਦੇ ਵਿੱਚ ਇੱਕ ਉਮੀਦਵਾਰ ਨੂੰ ਖੜਾ ਦਿੱਤਾ ਗਿਆ, ਸੋ ਹੁਣ ਸੰਗਤ ਨੂੰ ਅਪੀਲ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਕੀਤੀ ਗਈ ਹੈ ਕਿ ਤੁਸੀਂ ਆਪਣਾ ਫਰਜ਼ ਨਿਭਾ ਕੇ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਜ਼ਰੂਰ ਭੇਜੋ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।